ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਜੀ। ਮੈਂ ਸਵਰਨ ਸਿੰਘ ਦਾਨੇਲੀਆ ਤੁਹਾਡੇ ਨਾਲ ਇਸ ਵਕਤ ਬਠਿੰਡਾ ਸਟੂਡੀਓ ਤੋਂ ਲਾਈਵ ਜੁੜਿਆ ਹੋਇਆ ਜੀ। ਅੱਜ ਦਿਨ ਹੈ ਸ਼ੁੱਕਰਵਾਰ, ਤਰੀਕ ਹੈ 19 ਜੁਲਾਈ ਅਤੇ ਸਮਾਂ ਸ਼ਾਮ ਦੇ 6:30 ਦਾ। ਫੇਸਬੁੱਕ ਪੇਜ ਅਤੇ ਯੂਟਿਊਬ ਚੈਨਲ ਦੇ ਉੱਤੇ ਜੁੜੇ ਤਮਾਮ ਸਾਡੇ ਦਰਸ਼ਕਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਜੀ, ਇਸ ਗੱਲਬਾਤ ਨੂੰ ਵੱਧ ਤੋਂ ਵੱਧ ਲਾਈਕ, ਕਮੈਂਟ ਅਤੇ ਸ਼ੇਅਰ ਕਰਿਆ ਕਰੋ। ਰੇਡੀਓ ਪੰਜਾਬ ਟੂਡੇ ਦੇ ਪੇਜ ਨੂੰ ਵੀ ਪ੍ਰਮੋਟ ਕਰੋ, ਆਪਣੇ ਯੂਟਿਊਬ ਚੈਨਲ ਨੂੰ ਵੀ ਵੱਧ ਤੋਂ ਵੱਧ ਸੱਜਣਾ ਮਿੱਤਰਾਂ ਤੱਕ ਪਹੁੰਚਦਾ ਕਰੋ। ਅਤੇ ਨਾਲ ਇਹ ਵੀ ਕੋਸ਼ਿਸ਼ ਕਰਿਆ ਕਰੋ ਕਿਉਂਕਿ ਜਿਹੜੀ ਯੂਟਿਊਬ ਫੇਸਬੁੱਕ 'ਤੇ ਐਡ ਚੱਲਦੀ ਉਹਨੂੰ ਸਕਿੱਪ ਨਾ ਕਰਿਆ ਕਰੋ। ਤੁਹਾਡੇ ਇੰਨਾ ਹੀ ਕਰਨ ਨਾਲ ਰੇਡੀਓ ਪੰਜਾਬ ਟੂਡੇ ਨੂੰ ਜਿਹੜਾ ਰੈਵੀਨਿਊ ਜਨਰੇਟ ਹੋ ਜਾਏਗਾ, ਕਿਉਂਕਿ ਰੇਡੀਓ ਪੰਜਾਬ ਟੂਡੇ ਤੁਹਾਡੀ ਸੇਵਾ ਦੇ ਵਿੱਚ ਹੈ। ਅਤੇ ਕਿਸੇ ਵੀ ਐਡਵਰਟੀਜ਼ਮੈਂਟ ਬਿਨਾਂ ਕਿਸੇ ਵੀ ਰੇਡੀਓ ਦਾ ਨਿਰਪੱਖ ਤਰੀਕੇ ਦੇ ਨਾਲ ਚੱਲਣਾ ਬਹੁਤ ਔਖਾ ਹੁੰਦਾ। ਸੋ ਹਮੇਸ਼ਾ ਹੀ ਸਾਡੀ ਕੋਸ਼ਿਸ਼ ਰਹਿੰਦੀ ਹੈ, ਕਈ ਵੀਰ ਇਤਰਾਜ਼ ਕਰਦੇ ਯਾਰ ਬਾਹਲੀਆਂ ਐਡਾਂ ਦਿੰਦੇ ਹੋ, ਅਤੇ ਉਹਨਾਂ ਨੂੰ ਮੈਂ ਥੋੜ੍ਹੇ ਜਿਹੇ ਇਹ ਵੀ ਦੱਸਦੇ ਕਿ ਅਸੀਂ ਕਿਸੇ ਵੀ ਸਰਕਾਰੀ ਜਾਂ ਕਿਸੇ ਪੋਲੀਟੀਕਲ ਐਡ 'ਤੇ ਨਿਰਭਰ ਨਹੀਂ ਹਾਂ, ਜਾਂ ਸਾਡੇ ਸੱਜਣ ਮਿੱਤਰ ਜਿਹੜੇ ਸਾਨੂੰ ਨਿੱਜੀ ਤੌਰ 'ਤੇ ਫੰਡ ਭੇਜਦੇ ਨੇ, ਜਾਂ ਫਿਰ ਜਿਹੜੇ ਸਾਡੇ ਸਪੋਂਸਰ ਨੇ ਉਹਨਾਂ ਵੱਲੋਂ ਭੇਜੀ ਐਡ ਦੇ ਜ਼ਰੀਏ ਰੇਡੀਓ ਪੰਜਾਬ ਟੂਡੇ ਨਿਰਪੱਖ ਤਰੀਕੇ ਨਾਲ ਚੱਲ ਰਿਹਾ। ਸੋ ਅੱਜ ਦਾ ਇਹ ਪ੍ਰੋਗਰਾਮ ਦੇ ਵਿੱਚ ਸਪੋਂਸਰਸ਼ਿਪ ਭੇਜੀ ਹੈ ਜੀ, ਖਾਸ ਕਰਕੇ ਸਟੋਕਟਨ ਤੋਂ ਤ੍ਰਿਪਤੀਪਾਲ ਸਿੰਘ ਹੋਰਾਂ ਵੱਲੋਂ ਅਤੇ ਜਗਜੀਤ ਸਿੰਘ ਲੰਡਨ ਵੱਲੋਂ। ਕੋਅਪ ਟਰੱਕ ਐਂਡ ਹੈਵੀ ਇਕੁਇਪਮੈਂਟ ਰਿਪੇਅਰ ਸਪੈਸ਼ਲਾਈਜ਼ ਨੇ ਜੀ, ਇਹ ਟਰੱਕਾਂ ਦੇ ਫਰੇਮ, ਡਰਾਈਵ ਐਕਸਲ, ਸਟੀਅਰਿੰਗ ਐਕਸਲ, ਡੰਪ ਟ੍ਰੇਲਰ ਬਾਕਸ ਨੂੰ ਨਵੀਂ ਤਕਨੀਕ ਦੇ ਨਾਲ ਤਕਲੇ ਵਾਂਗੂ ਸਿੱਧਾ ਕਰਨ ਦੇ, ਸਟਰਕਚਰ ਸੇਫਟੀ ਵੀ ਕਰਦੇ ਨੇ। ਦੋ ਲੋਕੇਸ਼ਨਾਂ ਨੇ, 7405 ਕੈਂਬਲ ਸਟਰੀਟ ਮਿਸੀ ਸਾਗਾ ਦੇ ਵਿੱਚ, ਅਤੇ ਦੂਜੀ ਲੋਕੇਸ਼ਨ ਹੈ 36 ਪਾਇਨੀਅਰ ਡਰਾਈਵ ਐਰਨ ਐਂਟੇਰੀਓ ਦੇ ਵਿੱਚ। ਕੁਲਦੀਪ ਸਿੰਘ ਗਰੇਵਾਲ ਹੋਰਾਂ ਨਾਲ 416-254-4599 'ਤੇ ਕਾਲ ਕਰ ਲਓ। ਰੇਡੀਓ ਪੰਜਾਬ ਟੂਡੇ ਦਾ ਹਵਾਲਾ ਜ਼ਰੂਰ ਦੇ ਦਿਓ। ਦੂਜਾ ਨੰਬਰ ਹੈ 9056713647। ਹਰ ਤਰ੍ਹਾਂ ਦੇ ਅਕਾਊਂਟਸ ਟੈਕਸਿਸ ਦੀ ਹੈਲਪ ਲੈਣ ਦੇ ਲਈ ਐਕੂਰੇਟ ਅਕਾਊਂਟਸ ਐਂਡ ਟੈਕਸਿਸ ਵਾਲੇ ਮਹਿੰਦਰ ਸਿੰਘ ਸੋਹਲ ਅਤੇ ਲੋਕਪਾਲ ਸਿੰਘ ਸੋਹਲ ਹੋਰਾਂ ਨਾਲ 2535-5206 'ਤੇ ਕਾਲ ਕਰ ਸਕਦੇ ਹੋ। ਵਾਸ਼ਿੰਗਟਨ ਫਰੇਟ ਸਰਵਿਸ ਓਨਰ ਆਪਰੇਟਰ ਅਤੇ ਡਰਾਈਵਰ ਹਾਇਰ ਕਰ ਰਹੀ ਹੈ ਜੀ, ਚੰਗੇ ਬੋਨਸ ਦੇ ਨਾਲ ਕੰਪਨੀ ਹੋਰ ਸਹੂਲਤਾਂ ਵੀ ਦਿੰਦੀ ਹੈ। ਜਗਦੇਵ ਸੰਧੂ ਹੋਰਾਂ ਨੂੰ 2532666924, ਗੁਰਵਿੰਦਰ ਧਾਲੀਵਾਲ ਹੋਰਾਂ ਨੂੰ 2063544060 'ਤੇ ਕਾਲ ਕਰ ਸਕਦੇ ਹੋ। ਅੱਛਾ, ਵਕੀਲ ਦੀ ਲੋੜ ਹੈ ਪੱਕੇ ਹੋਣ ਦੇ ਲਈ ਅਮਰੀਕਾ ਦੇ ਵਿੱਚ, ਅਤੇ ਸਾਰੇ ਅਮਰੀਕਾ ਦੇ ਵਿੱਚ ਹੀ ਤੁਹਾਡਾ ਕੇਸ ਲੜਨ, ਤਾਂ ਐਮੀ ਗੈਲ ਹੋ ਰਹੀ ਯਹੂਦੀ ਵਕੀਲ ਨੇ 2126192859 ਦੇ ਉੱਤੇ ਕਾਲ ਕਰਕੇ ਤੁਸੀਂ ਇਹਨਾਂ ਨਾਲ ਨਿਊਯਾਰਕ ਦੇ ਸਮੇਂ ਮੁਤਾਬਕ ਅਪੁਆਇੰਟਮੈਂਟ ਬਣਾਓ, ਜਾਂ ਫਿਰ ਇਹਨਾਂ ਦੇ ਚੀਫ ਇਮੀਗ੍ਰੇਸ਼ਨ ਕੰਸਲਟੈਂਟ ਨੇ ਰਾਜਵੀਰ ਸਿੰਘ ਹੋਰਾਂ ਨਾਲ 7186121188 'ਤੇ ਕਾਲ ਕਰ ਸਕਦੇ ਹੋ। ਮੇਰੇ ਨਾਲ ਨੇ ਸਰਦਾਰ ਜਸਬੀਰ ਸਿੰਘ ਪੱਟੀ ਹੋਰੀ ਅੰਮ੍ਰਿਤਸਰ ਤੋਂ ਸਾਡੇ ਨਾਲ ਫੋਨ ਲਾਈਨ 'ਤੇ ਜੁੜ ਗਏ ਨੇ। ਪੱਟੀ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਮੇਰੇ ਵੱਲੋਂ ਵੀ ਆਪ ਜੀ ਅਤੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸੋ ਪੱਟੀ ਸਾਹਿਬ, ਸਭ ਤੋਂ ਪਹਿਲਾਂ ਕਿਉਂਕਿ ਪਾਰਲੀਮੈਂਟ ਹੈ ਸਿੱਖਾਂ ਦੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ, ਅਤੇ ਤਖ਼ਤ ਅਕਾਲ ਤਖ਼ਤ ਸਾਹਿਬ ਜਿਹੜੇ ਨੇ ਉੱਥੇ ਹੀ ਨੇ, ਉੱਥੋਂ ਹੀ ਸਾਨੂੰ ਹੁਕਮਨਾਮੇ ਆਉਂਦੇ ਨੇ, ਅਤੇ ਇੱਕ ਹੁਕਮਨਾਮਾ ਹੋਇਆ ਸੀ ਲੰਮਾ ਸਮਾਂ ਪਹਿਲਾਂ ਸਰਸੇ ਵਾਲੇ ਸਾਧ ਨੂੰ ਮਾਫ਼ੀ ਦੇਣ ਦਾ। ਹੁਣ ਕਹਿੰਦੇ ਜਿਨ੍ਹਾਂ ਸਿੰਘਾਂ ਨੇ, ਕਿਉਂਕਿ ਹੁਣ ਤਾਂ ਸਿੰਘ ਸਾਹਿਬ ਕਹਾਉਣ ਲੱਗ ਗਏ, ਆਪਾਂ ਜਥੇਦਾਰ ਹੀ ਕਹਿੰਦੇ ਹਾਂ, ਜਿਹੜੇ ਜਥੇਦਾਰ ਸਾਹਿਬ ਨੇ ਇਹ ਹੁਕਮ ਸੁਣਾਇਆ ਸੀ, ਕਹਿੰਦੇ ਉਹਨਾਂ ਨੂੰ ਵੀ ਅਕਾਲ ਤਖ਼ਤ ਸਾਹਿਬ 'ਤੇ ਤਲਬ ਕੀਤੇ ਜਾਣ ਦੀ ਮੰਗ ਉੱਠ ਰਹੀ ਹੈ ਜੀ। ਹਾਂ ਬਿਲਕੁਲ, ਗਿਆਨੀ ਕੇਵਲ ਸਿੰਘ ਹੋਰੀ ਹੈਗੇ ਨੇ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜੀ, ਉਹਨਾਂ ਨੇ ਕਿਹਾ ਜੇ ਬਾਕੀਆਂ ਨੂੰ ਤਲਬ ਕੀਤਾ ਜਾ ਸਕਦਾ ਤੇ ਫਿਰ ਇਹਨਾਂ ਨੂੰ ਮਾਫ਼ੀ ਦੇਣ ਵਾਲਿਆਂ ਤੇ ਮਾਫ਼ੀ ਲੈਣ ਵਾਲਿਆਂ ਨੂੰ ਤਲਬ ਕੀਤਾ ਜਾ ਸਕਦਾ। ਬਿਲਕੁਲ ਜੀ, ਸਹੀ ਗੱਲ ਕਹੀ ਉਹਨਾਂ ਨੇ।
ਪਰ ਮੈਂ ਤੁਹਾਨੂੰ ਇਹ ਦੱਸ ਦਿਆਂ ਵੀ ਜਿਹੜੇ ਮਾਫ਼ੀ ਦੇਣ ਵਾਲਿਆਂ ਵਿੱਚ ਮੌਜੂਦਾ ਜਿਹੜੇ ਸਾਡੇ ਜਥੇਦਾਰ ਸਾਹਿਬ ਨੇ ਗਿਆਨੀ ਰਘਵੀਰ ਸਿੰਘ, ਅੱਛਾ ਉਹ ਵੀ ਸੀਗੇ, ਉਹ ਵੀ ਸ਼ਾਮਿਲ ਸਨ। ਬੜੀ ਕੀ ਕਰੂ ਬੰਦਾ ਉੱਤੇ ਜੀ, ਮੇਰੇ ਕੋਲ ਇਸ ਵੇਲੇ ਹੁਕਮਨਾਮੇ ਦੀ ਕਾਪੀ ਸਾਹਮਣੇ ਪਈ ਆ, ਮੈਂ ਕਿਸੇ ਤਰੀਕੇ ਨਾਲ ਮੰਗਵਾਈ ਤੇ ਕਢਵਾਈ ਆ ਜੀ। ਪਤਾ ਲੱਗਾ ਸੀ ਵੀ ਜਿਹੜੇ ਬਾਹਰਲੇ ਤਾਕਤ ਸੀ ਜੋ ਬੰਦੇ ਉਹਨਾਂ ਨੇ ਇਸ ਹੁਕਮਨਾਮੇ ਤੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ ਜੀ। ਉਹਨਾਂ ਕਿਹਾ ਸੀ ਅਸੀਂ ਇਸ ਗਲਤ ਹੁਕਮਨਾਮੇ ਦੇ ਦਸਤਖਤ ਨਹੀਂ ਕਰਾਂਗੇ ਜੀ, ਬਿਲਕੁਲ, ਕਿਉਂਕਿ ਉਹ ਤੇ ਬਾਦਲ ਸਾਹਿਬ ਦੇ ਕਰਿੰਦੇ ਨਹੀਂ ਹੈਗੇ ਸੀ ਜੀ 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 ਜੀ, ਉਹਨਾਂ ਦੀ ਅਪੁਆਇੰਟਿੰਗ ਥੈਰਟੀ ਵੀ ਹੋਰ ਸੀਗੀ। ਹਾਂਜੀ, ਤੇ ਫਿਰ ਉਹਦੇ ਵਿੱਚ ਇਹ ਤਿੰਨ ਜਥੇਦਾਰ ਤੇ ਹੈਗੇ ਸੀ, ਫਿਰ ਦੋ ਜਥੇਦਾਰ ਜਿਹੜੇ ਸੀ ਜਿਹੜੇ ਇਹਨਾਂ ਦੇ ਸਾਈਨ ਕਰਾਏ ਗਏ, ਇੱਕ ਨੇ ਨੀ ਕੀਤੇ, ਇੱਕ ਨੇ ਕਰਤੇ ਸੀ ਜਿਹੜੇ ਹਜ਼ੂਰ ਸਾਹਿਬ ਵਾਲੇ ਸੀਗੇ ਜੀ, ਉਹਨਾਂ ਨੇ ਇਨਕਾਰ ਕਰਤਾ ਸੀ ਵੀ ਇਸ ਹੁਕਮਨਾਮੇ ਤੇ ਅਸੀਂ ਦਸਤਖਤ ਨਹੀਂ ਕਰਾਂਗੇ ਜੀ। ਤੇ ਗਿਆਨੀ ਰਘਵੀਰ ਸਿੰਘ ਦੇ ਵੀ ਉਹਦੇ ਤੇ ਬਕਾਇਦਾ ਤੌਰ ਤੇ ਦਸਤਖਤ ਨੇ, ਤੇ ਫਿਰ ਗਿਆਨੀ ਰਘਵੀਰ ਸਿੰਘ ਜੇ ਆਪ ਦੋਸ਼ੀਆਂ ਦੀ ਕਤਾਰ ਚ ਖੜੇ ਤੇ ਫਿਰ ਇਹਦੀ ਸੁਣਵਾਈ ਕਿਵੇਂ ਕਰਨਗੇ? ਬਿਲਕੁਲ ਜੀ, ਹਾਈਕੋਰਟ ਦੇ ਜੱਜ ਹੋਣ ਦੇ ਪਾਸੇ ਹੋਣਾ ਪਏਗਾ ਫਿਰ। ਬਿਲਕੁਲ, ਮਾਮਲਾ ਪਚੀਦਾ ਹੋ ਗਿਆ ਜੀ, ਬਿਲਕੁਲ, ਜੇ ਇਹ ਸੁਣਵਾਈ ਕਰਦੇ ਤੇ ਫਿਰ ਵੀ ਇਹ ਬਕਾਇਦਾ ਤੌਰ ਤੇ ਸ਼ੱਕ ਦੇ ਕਰੀਚਣਗੇ ਵੀ ਸੁਣਵਾਈ ਇਹਨਾਂ ਕਿਵੇਂ ਕੀਤੀ ਜੀ। ਸਾਡੀ ਇੱਕ ਪਰੰਪਰਾ ਹੈ ਜੀ, ਜੇ ਅਕਾਲ ਤਖ਼ਤ ਦਾ ਜਥੇਦਾਰ ਗਲਤੀ ਕਰਦਾ ਤੇ ਉਹਨੂੰ ਵੀ ਤਲਬ ਕੀਤਾ ਜਾ ਸਕਦਾ ਵਾ ਬਕਾਇਦਾ ਤੌਰ ਤੇ। ਪਰੰਪਰਾ ਤਾਂ ਪਰੰਪਰਾ ਹੀ ਹੈ ਜੀ, ਬਿਲਕੁਲ। ਜੇ ਹੁਣ ਇਹ ਪੰਜ ਬੰਦੇ ਸੀਗੇ, ਇਹਦੇ ਵਿੱਚ ਜੇ ਮੈਂ ਦਸਤਖਤ ਦੀ ਗੱਲ ਕਰਾਂ ਤੇ ਉਸ ਹੁਕਮਨਾਮੇ ਦੇ ਉੱਤੇ ਜੀ ਇਕੱਲੇ ਇੱਕ ਜਾਂ ਦੋ ਨੀ, ਪੰਜ ਜਥੇਦਾਰਾਂ ਦੇ ਸਾਈਨ ਨੇ, ਜਿਹਦੇ ਉੱਤੇ ਗਿਆਨੀ ਗੁਰਬਚਨ ਸਿੰਘ ਜਥੇਦਾਰ ਅਕਾਲ ਤਖ਼ਤ ਨੇ ਜੀ, ਗਿਆਨੀ ਗੁਰਮਿਲ ਸਿੰਘ ਸ੍ਰੀ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੇ ਬਠਿੰਡੇ ਦੇ ਜੀ, ਤੇ ਗਿਆਨੀ ਮੱਲ ਸਿੰਘ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਜੀ, ਤੇ ਗਿਆਨੀ ਇਕਬਾਲ ਸਿੰਘ ਜਿਨ੍ਹਾਂ ਨੂੰ ਅਜੇ ਪਰਸੋਂ ਚੌਥੀ ਤਨਖਾਹ ਲਾਈ ਗਈ ਆ ਜੀ, ਇਹ ਪਟਨਾ ਸਾਹਿਬ ਦੇ ਜਥੇਦਾਰ ਨੇ ਜੀ, ਤੇ ਇੱਕ ਜਥੇਦਾਰ ਜਿਨ੍ਹਾਂ ਨੇ ਇਨਕਾਰ ਕਰਤਾ ਸੀ ਹਜ਼ੂਰ ਸਾਹਿਬ ਵਾਲਿਆਂ ਤੋਂ ਚਲੇ ਗਏ ਸੀ, ਤੇ ਉਹਨਾਂ ਦੀ ਜਗ੍ਹਾ ਤੇ ਫਿਰ ਗਿਆਨੀ ਰਘਵੀਰ ਸਿੰਘ ਬਿਠਾਇਆ ਗਿਆ ਸੀਗਾ ਜੀ। ਇਹ ਉਦੋਂ ਗ੍ਰੰਥੀ ਹੁੰਦੇ ਸੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ। ਅੱਛਾ ਜੀ, ਹੁਣ ਉਹਨਾਂ ਨੇ ਵੀ ਦਸਤਖਤ ਦਿਖਾਈ ਦਿੰਦੇ ਆ। 16-10-2015 ਨੂੰ ਇਹ ਬਕਾਇਦਾ ਤੌਰ ਤੇ ਹੁਕਮਨਾਮਾ ਹੋਇਆ ਸੀਗਾ ਜੀ। ਇਹਦਾ ਗੁਰਮਤਾ ਨੰਬਰ 1 ਲਿਖਿਆ ਗਿਆ ਕਿ ਡੇਰਾ ਸਿਰਸਾ ਮੁਖੀ ਸੌਦਾ ਅਸਾਦ ਜੀ, ਅਸਾਦ ਲਿਖਿਆ, ਉਹਨੂੰ ਐੜਾ ਪਾ ਕੇ ਅੱਗੇ ਸਾਹ ਨਹੀਂ ਲਿਖਿਆ। ਅੱਛਾ ਜੀ, ਇਹ ਪਾਤਸ਼ਾਹ ਕਿੱਥੋਂ ਆਈ? ਹਾਂਜੀ, ਜਿਹੜੀ ਬਕਾਇਦਾ ਤੌਰ ਤੇ ਕਾਮਾ ਗਾਟਾ ਮਾਰੂ ਦੇ ਬਕਾਇਦਾ ਤੌਰ ਤੇ ਸਿੰਘਾਂ ਦੀ ਉਹ ਵਿਹੜੀ ਸੀ ਸਰਕਾਰ ਦੇ ਖਿਲਾਫ ਨਾ ਜੀ ਜੀ, ਜਿਹਨਾਂ ਨੇ ਕਲਕੱਤੇ ਵਿੱਚ ਗੋਲੀ ਮਾਰ ਕੇ ਮੇਰੇ 31 ਦੇ ਕਰੀਬ ਸਿੰਘ ਸ਼ਹੀਦ ਕੀਤੇ ਸੀ ਜੀ, ਉਹਨਾਂ ਬਾਰੇ ਤਤਕਾਲੀ ਜਿਹੜੇ ਸਾਡੇ ਜਥੇਦਾਰ ਅਕਾਲ ਤਖ਼ਤ ਸੀ ਉਹ ਗਿਆਨੀ ਰੂਪ ਸਿੰਘ ਸਨ, ਜਿਹਨਾਂ ਨੇ ਸਰੂਪ ਦਿੱਤਾ ਡੈਰ ਨੂੰ। ਉਹਨਾਂ ਨੇ ਵੀ ਸ਼ਬਦ ਅਸਿੱਖ ਵਰਤਿਆ ਸੀ, ਸਿੱਖ ਨਹੀਂ, ਐੜਾ ਪਾ ਕੇ ਅਸਿੱਖ ਵੀ, ਅਸਿੱਖ ਨੇ, ਇਹ ਸਿੱਖ ਨਹੀਂ ਹੋ ਗਏ, ਸ਼ਾਇਦ ਇਹ ਲੈਂਗੁਏਜ ਉੱਥੋਂ ਆਈ ਹੋਵੇ। ਹੁਣ ਜਦੋਂ ਇਹਨਾਂ ਨੇ ਇਹ ਆਪਣੀ ਲੈਂਗੁਏਜ ਵਰਤੀ, ਅਸਾਧ ਦੀ ਗੱਲ ਕੀਤੀ ਆ, ਉਹ ਕਹਿੰਦੇ ਡੇਰਾ ਮੁਖੀ ਸੌਦਾ ਅਸਾਧ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਭੇਜੇ ਖਿਮਾ ਜਾਚਨਾ ਸਪਸ਼ਟੀਕਰਨ ਤੇ ਵਿਚਾਰ ਕਰਕੇ ਜੋ ਗੁਰਮਤਾ 8 ਸਮਤ ਨਾਨਕਾਈ 547 ਮੁਤਾਬਕ 24 ਸਤੰਬਰ 2015 ਨੂੰ ਕੀਤਾ ਗਿਆ ਸੀ,
ਉਸ ਗੁਰਮਤੇ ਨੂੰ ਗੁਰੂ ਗੁਰੂ ਪੰਥ ਵਿੱਚ ਪ੍ਰਵਾਨ ਨਹੀਂ ਕੀਤਾ ਗਿਆ। ਕਿਆ ਬਾਤ ਹੈ। ਸਮੂਹ ਖਾਲਸਾ ਪੰਥ ਦੀਆਂ ਭਾਵਨਾ ਨੂੰ ਬੜੀ ਬਰੀਕੀ ਨਾਲ ਵਿਚਾਰੀਆਂ। ਅੱਜ ਮਿਤੀ 30 ਅੱਸੂ ਸੰਮਤ ਨਾਨਕਸ਼ਾਹੀ 547 ਮੁਤਾਬਕ 16 ਅਕਤੂਬਰ 2015 ਦਿਨ ਸ਼ੁੱਕਰਵਾਰ ਨੂੰ 5 ਤਖ਼ਤ ਸਾਹਿਬਾਨਾਂ ਦੇ ਜਥੇਦਾਰ ਸਾਹਿਬਾਨਾਂ ਨੇ ਹੰਗਾਮੀ ਮੀਟਿੰਗ ਸੱਦ ਕੇ ਤਖ਼ਤ ਸੱਚਖੰਡ ਹਜ਼ੂਰ ਸਾਹਿਬ ਜੀ ਦੇ ਸਿੰਘ ਸਾਹਿਬ ਜਲਦੀ ਨਾ ਆ ਸਕਣ ਕਰਕੇ ਜਥੇਦਾਰ ਸਾਹਿਬ ਨਾਲ ਟੈਲੀਫੋਨ ਤੇ ਵਿਚਾਰ ਸੰਦਰਾ ਕਰਕੇ ਸਹਿਯੋਗ ਸਹਿਮਤੀ ਬਣੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਗ੍ਰੰਥੀ ਸਿੰਘ ਸਾਹਿਬ ਜੀ ਨੂੰ ਗ੍ਰੰਥੀ ਸਿੰਘ ਨੂੰ ਸ਼ਾਮਿਲ ਕਰਕੇ ਮਿਤੀ 8 ਅੱਸੂ ਸੰਮਤ ਨਾਨਕਸ਼ਾਹੀ 547 ਮੁਤਾਬਕ 24 ਸਤੰਬਰ 2005 ਨੂੰ ਸੌਦਾ ਅਸਾਦ ਡੇਰਾ ਸਿਰਸਾ ਮੁਖੀ ਦੇ ਸੰਬੰਧ ਵਿੱਚ ਜੋ ਫੈਸਲਾ ਕੀਤਾ ਗਿਆ ਸੀ ਅੱਜ ਮਿਤੀ 30 ਅੱਸੂ ਸੰਮਤ ਨਾਨਕਸ਼ਾਹੀ 547 ਮੁਤਾਬਕ 16 ਅਕਤੂਬਰ 2015 ਦਿਨ ਸ਼ੁੱਕਰਵਾਰ ਨੂੰ ਰੱਦ ਕੀਤਾ ਜਾਂਦਾ ਹੈ ਜੀ। ਇਹ ਆ ਇਹ ਮਾਮਲਾ ਜਿਹੜਾ ਮਗਰ ਜਿਹੜਾ ਉਹਨੂੰ ਮਾਫ਼ੀ ਦਿੱਤੀ ਗਈ ਸੀ ਉਹ ਰੱਦ ਕੀਤੀ ਗਈ ਆ ਜੀ। 5 ਤਖ਼ਤ ਸਾਹਿਬਾਂ ਨੇ ਜਥੇਦਾਰ ਸਾਹਿਬਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਤੇ ਗੁਰੂ ਖਾਲਸਾ ਪੰਥ ਦੇ ਮਾਣ ਸਨਮਾਨ ਵਾਸਤੇ ਹਮੇਸ਼ਾ ਤਤਪਰ ਹਨ। ਕਿਆ ਬਾਤ ਹੈ, ਕਿੰਨੀ ਵਧੀਆ ਲਾਈਨ ਲਿਖੀ ਹੈ। ਹਾਂਜੀ, ਜੇ ਉਹ ਤਤਪਰ ਆ ਤੇ ਫਿਰ ਇਹ ਹੁਕਮਨਾਮਾ ਵਾਪਸ ਕਿਉਂ ਲਿਆ ਗਿਆ? ਕਿਉਂ ਲਿਆ ਗਿਆ ਤੁਹਾਨੂੰ ਪਤਾ ਹੋਏਗਾ। ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਚੱਲਦੀ ਸੀ ਤੇ ਉਹ ਜਿਹੜੀ ਦਰਬਾਰ ਸਾਹਿਬ ਜਿਹਦੀ ਦੇਗ ਆਉਂਦੀ ਸੀ ਨਾ, ਉਦੋਂ ਸ਼ਾਹੀ ਖਜ਼ਾਨੇ ਚ ਸ਼ਾਹੀ ਖਜ਼ਾਨੇ ਚੋਂ ਰਸਤ ਆਉਂਦੀ ਸੀ ਤੇ ਫਿਰ ਉਹ ਦੇਗ ਤਿਆਰ ਕੀਤੀ ਜਾਂਦੀ ਸੀ ਜੀ। ਦੇਗ ਤਿਆਰ ਕੀਤੀ ਜਾਂਦੀ ਸੀ ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਤਨਖਾਹੀਆ ਐਲਾਨਿਆ ਗਿਆ ਜੀ, ਉਸ ਤੋਂ ਬਾਅਦ ਬਕਾਇਦਾ ਤੌਰ ਤੇ ਉਹ ਸ਼ਾਹੀ ਖਜ਼ਾਨੇ ਦੀ ਰਸਤ ਬੰਦ ਕਰਕੇ ਜਿਹੜੇ ਪਰਚੀ ਸਿਸਟਮ ਜਿਹੜਾ ਪਰਚੀ ਹੁਣ ਆਪਾਂ ਲੈਂਦੇ ਹਾਂ ਤੇ ਟੁਕੜਾ ਪਛਾ ਲੈਂਦੇ ਹਾਂ ਜੀ, ਇਹ ਪਰਚੀ ਸਿਸਟਮ ਉਦੋਂ ਜਥੇਦਾਰ ਅਕਾਲ ਤਖ਼ਤ ਗਿਆਨੀ ਫੂਲਾ ਸਿੰਘ ਨੇ ਸ਼ੁਰੂ ਕੀਤਾ ਸੀ ਵੀ ਸੰਗਤ ਆਪੇ ਹੀ ਹੁਣ ਇਹ ਦੇਗ ਤਿਆਰ ਕਰੇ ਜੀ। ਉਹ ਫਿਰ ਸੰਗਤ ਨੇ ਜਿਹੜਾ ਸੀ ਆਪਣੀ ਦੇਗ ਤਿਆਰ ਕੀਤੀ, ਥੋੜੀ ਥੋੜੀ ਪਰਚੀ ਕਟਾਈ ਤੇ ਕੜਾ ਪਛਾ ਦੇਗ ਤਿਆਰ ਹੋਈ ਜੀ। ਉਦੋਂ ਤੋਂ ਬਾਅਦ ਜਦੋਂ ਫਿਰ ਬਕਾਇਦਾ ਤੌਰ ਤੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਸਜਾ ਦੀ ਪੁੱਜਰ ਤਨਖਾਹ ਲਾਈ ਸੀ ਉਹ ਭੁਗਤ ਲਈ ਜੀ, ਤੇ ਜਥੇਦਾਰ ਅਕਾਲ ਤਖ਼ਤ ਨੂੰ ਕਿਹਾ ਗਿਆ, ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਵੀ ਜਿਹੜੀ ਮੇਰੀ ਸੇਵਾ ਸੀ ਮੇਰੀ ਬਹਾਲ ਕੀਤੀ ਜਾਵੇ, ਸਾਈ ਕਿਸਾਨੀ ਜਿਹੜੇ ਰਸਤ ਆਉਂਦੀ ਸੀ ਉਹ ਬਹਾਲ ਕੀਤੀ ਜਾਵੇ। ਤੇ ਉਦੋਂ ਜਥੇਦਾਰ ਅਕਾਲੀ ਫੂਲਾ ਸਿੰਘ ਨੇ ਕਿਹਾ ਸੀ ਵੀ ਰਣਜੀਤ ਸਿੰਘ ਜੀ, ਇਸ ਤਖ਼ਤ ਤੋਂ ਹੁਕਮਨਾਮੇ ਜਾਰੀ ਕੀਤੇ ਜਾਂਦੇ ਵਾਪਸ ਨਹੀਂ ਲੈ ਜਾਂਦੇ ਜੀ, ਉਹ ਵੀ ਜਥੇਦਾਰ ਸਨ ਤੇ ਇਹ ਵੀ ਜਥੇਦਾਰ ਸਨ ਜੀ। ਇਸ ਕਰਕੇ ਗਿਆਨੀ ਰਘਵੀਰ ਸਿੰਘ ਦੀ ਹੁਣ ਜਿਹੜੀ ਇਹਦੇ ਵਿੱਚ ਕਾਰਗੁਜ਼ਾਰੀ ਆ ਜੀ, ਉਹ ਛੱਕ ਦੇ ਘੇਰੇ ਵਿੱਚ ਆ ਜਾਏਗੀ ਜੀ। ਜੇ ਛੱਕ ਦੇ ਘੇਰੇ ਚ ਆਉਂਦੀ ਆ ਤੇ ਗਿਆਨੀ ਰਘਵੀਰ ਸਿੰਘ ਦੇ ਬਾਰੇ ਕੀ ਸਪਸ਼ਟੀਕਰਨ ਦਿੰਦੇ ਆ, ਤੇ ਮੇਰੇ ਖਿਆਲ ਸਪਸ਼ਟੀਕਰਨ ਬਣਦਾ ਹੀ ਕੋਈ ਨੀ, ਦੇਣਾ ਉਹਨਾਂ ਕੀ ਨੇ ਜੀ। ਸੋ ਪ੍ਰੋਗਰਾਮ ਚੱਲ ਰਿਹਾ ਜੀ ਸ਼ਮਾਦਾਨ, ਤੇ ਮੇਰੇ ਨਾਲ ਸਰਦਾਰ ਜਸਵੀਰ ਸਿੰਘ ਪੱਟੀ ਹੋਰੀ, ਤੇ ਹੁਣ ਤਾਂ ਵੇਖਦੇ ਹਾਂ ਕਿ ਸਾਰੇ ਮਾਮਲੇ ਦੇ ਉੱਤੇ ਸਿੱਖ ਚਿੰਤਕ ਜਿਹੜੇ ਨੇ ਜਾਂ ਸਿੱਖ ਕੌਮ ਜਿਹੜੀ ਆ ਉਹ ਕਿਸ ਤਰ੍ਹਾਂ ਲੈ ਕੇ ਚੱਲਦੀ ਹੈ, ਕਿਉਂਕਿ ਸਿੱਖ ਕੌਮ ਦੇ ਵਿੱਚ ਇੱਕ ਰੋਹ ਹੈ, ਰੋਸ ਹੈ ਜੀ ਜੀ। ਆਪਾਂ ਗੱਲ ਕਰ ਰਹੇ ਸੀ ਗਿਆਨੀ ਕੇਵਲ ਸਿੰਘ ਹੋਰੀ ਜੀ ਜੀ, ਗਿਆਨੀ ਕੇਵਲ ਸਿੰਘ ਹੋਰੀ ਵੀ ਮੁੱਦੇ ਤੇ ਉਠਾਉਂਦੇ ਰਹਿੰਦੇ ਆ ਜੀ, ਲੇਕਿਨ ਤੁਹਾਨੂੰ ਇਸ ਗੱਲ ਦਾ ਪਤਾ ਸੀ ਜਦੋਂ ਇਹ ਅਕਾਲ ਤਖ਼ਤ ਦੇ ਜਦੋਂ ਤੱਕ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਹੁੰਦੇ ਸੀਗੇ ਜੀ, ਤੇ ਗਿਆਨੀ ਮਨਜੀਤ ਪ੍ਰੋਫੈਸਰ ਮਨਜੀਤ ਸਿੰਘ
ਇਹ ਜਥੇਦਾਰ ਨਿੱਜੀ ਬਕਾਇਦਾ ਤੌਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਉੱਤੇ ਇਹਨਾਂ ਨੂੰ ਐਕਟਿੰਗ ਜਥੇਦਾਰ ਬਣਾਇਆ ਗਿਆ ਸੀਗਾ ਭਾਈ ਰਣਜੀਤ ਸਿੰਘ ਦੀ ਗੈਰ ਹਾਜ਼ਰੀ ਚ ਖਾਲਸਾ ਕਰ ਜੀ। ਇਹਨਾਂ ਦੋ ਬੰਦਿਆਂ ਦੀ 60-60 ਹਜ਼ਾਰ ਰੁਪਏ ਦਾ ਪੈਟਰੋਲ ਉਹਨਾਂ ਦਿਨਾਂ ਚ ਖਰਚਾਇਆ ਸੀ। ਅੱਛਾ ਜੀ। ਤੇ ਸ਼੍ਰੋਮਣੀ ਕਮੇਟੀ ਨੇ ਕੁਐਸਚਨ ਮਾਰਕ ਲਾਇਆ ਸੀ ਵੀ ਜਵਾਬ ਦਿਓ ਵੀ ਇਹਨਾਂ ਪੈਟਰੋਲ ਤੁਸੀਂ ਕਿੱਥੇ ਖਰਚ ਕੀਤਾ, ਕਿਹੜਾ ਧਰਮ ਪ੍ਰਚਾਰ ਕੀਤਾ, ਕੀ ਕੀਤਾ ਜੀ। ਉਸ ਟਾਈਮ ਤੇ ਇਹ ਦੋਵੇਂ ਜਥੇਦਾਰ ਗਿਆਨ ਭਾਈ ਰਣਜੀਤ ਸਿੰਘ ਕੋਲੇ ਗਏ ਸੀਗੇ, ਕਹਿੰਦੇ ਜੀ ਵੇਖੋ ਸਾਡੀ ਕਾਰਗੁਜ਼ਾਰੀ ਤੇ ਸ਼ੱਕ ਪ੍ਰਗਟ ਕੀਤਾ ਜਾ ਰਿਹਾ ਸੀ, ਧਰਮ ਪ੍ਰਚਾਰ ਕਰਦੇ ਕਰਦੇ ਜੀ। ਤੇ ਭਾਈ ਰਣਜੀਤ ਸਿੰਘ ਨੇ ਕਿਹਾ ਸੀ ਆਪਣੇ ਕੋਲੋਂ ਇੱਕੋ ਹੀ ਰਸਤਾ, ਆਪਾਂ ਇਹਨਾਂ ਦੀਆਂ ਸਰਕਾਰੀ ਇਹਨਾਂ ਦੀਆਂ ਕਮੇਟੀ ਦੀਆਂ ਗੱਡੀਆਂ ਵਾਪਸ ਕਰ ਦਈਏ ਜੀ। ਹਾਂ ਬਿਲਕੁਲ, ਆਪਣੇ ਬਦਲੇ ਪ੍ਰਬੰਧ ਕਰ ਲਈਏ, ਸੰਗਤ ਸਾਹਿਬ ਤਿਆਰ ਦੇ ਪ੍ਰਬੰਧ ਕਰ ਦੇਗੀ। ਹਾਂਜੀ। ਇਹ ਕਹਿੰਦੇ ਭਾਈ ਸਾਹਿਬ ਅਸੀਂ ਤਿਆਰ ਆ ਜੀ। ਤੇ ਭਾਈ ਰਣਜੀਤ ਸਿੰਘ ਨੇ ਤੇ ਇਹਨਾਂ ਤਿੰਨਾਂ ਜਥੇਦਾਰਾਂ ਨੇ ਆਪਣੀਆਂ ਗੱਡੀਆਂ ਸ਼੍ਰੋਮਣੀ ਕਮੇਟੀ ਨੂੰ ਵਾਪਸ ਕਰ ਦਿੱਤੀਆਂ ਸੀ। ਠੀਕ ਹੈ ਜੀ। ਤੇ ਹਫ਼ਤਾ ਨਹੀਂ ਬੀਤਿਆ ਸੀ ਤੇ ਗੱਡੀਆਂ ਨਾ ਫੇਰ ਲੈ ਲਈਆਂ ਜੀ, ਲੇਕਿਨ ਭਾਈ ਰਣਜੀਤ ਸਿੰਘ ਨੇ ਉਹਨਾਂ ਦੀ ਗੱਡੀ ਨਹੀਂ ਵਰਤੀ, ਉਹਨੇ ਤੇ ਵਾਪਸ ਕਰਤੀ ਕਰਤੇ ਜੀ। ਉਹਨਾਂ ਕੋਲ ਆਪਣੀ ਜਿਪਸੀ ਅੱਜ ਵੀ ਹੈਗੀ ਆ ਤੇ ਉਦੋਂ ਵੀ ਜਿਪਸੀ ਹੈਗੀ, ਉਹ ਮੋਸਟਲੀ ਡਰਾਈਵ ਵੀ ਆਪ ਹੀ ਕਰਦੇ, ਉਹੀ ਜਿਪਸੀ ਆ ਪੁਰਾਣੀ ਡੀਜ਼ਲ ਇੰਜਨ ਵਾਲੀ ਮੈਨੂੰ ਲੱਗਦਾ। ਹਾਂਜੀ, ਉਹ ਜਿਪਸੀ ਅੱਜ ਵੀ ਉਹਨਾਂ ਕੋਲ ਹੈਗੀ ਆ ਜੀ। ਉਹਨਾਂ ਕਿਹਾ ਜੀ ਮੈਂ ਆਪਣੀ ਜਿਪਸੀ ਤੇ ਜਾਊਂਗਾ ਤੇ ਜਾਊਂਗਾ, ਸਰਕਾਰੀ ਗੱਡੀ ਚਲੋ ਮਿਲੀ ਹੈ, ਸਕੌਟ ਦਿੱਤੀ ਹੈ ਸਰਕਾਰ ਨੇ ਤੁਹਾਨੂੰ ਜਿਹੜੀ ਆ ਉਹ ਕੰਮ ਕਰਦੀ, ਮੈਂ ਆਪਣੀ ਜਿਪਸੀ ਤੇ ਜਾਊਂਗਾ ਜੀ। ਲੇਕਿਨ ਇਹਨਾਂ ਜਥੇਦਾਰਾਂ ਦੋਵਾਂ ਨੇ ਉਹ ਗੱਡੀਆਂ ਜਦੋਂ ਵਾਪਸ ਲਈਆਂ ਤੇ ਮੈਂ ਗਿਆਨੀ ਕੇਵਲ ਸਿੰਘ ਨੇ ਸਵਾਲ ਪੁੱਛਿਆ ਸੀ, ਮੈਂ ਕਿਹਾ ਸਿੰਘ ਸਾਹਿਬ ਜੀ ਜੀ ਜਿਹੜਾ ਕੰਮ ਤੁਸੀਂ ਇਕੱਠੇ ਹੋ ਕੇ ਕੀਤਾ ਸੀ, ਅੱਜ ਤੁਸੀਂ ਦੋ ਇੱਕ ਪਾਸੇ ਹੋ ਗਏ ਹੋ, ਇੱਕ ਇੱਕ ਪਾਸੇ ਹੋ ਗਿਆ, ਤੁਸੀਂ ਗੱਡੀਆਂ ਵਾਪਸ ਕਿਉਂ ਲਈਆਂ ਜੇ ਭਾਈ ਸਾਹਿਬ ਨੇ ਵਾਪਸ ਲਈਆਂ ਜੀ? ਤੇ ਅੱਗੋਂ ਜਵਾਬ ਸੀ ਅਸੀਂ ਕਿਹੜਾ ਘਰ ਦਾ ਕੰਮ ਕਰਦੇ, ਕੌਮ ਦਾ ਕੰਮ ਕਰਦੇ, ਗੱਡੀਆਂ ਵਾਪਸ ਲੈਣੇ ਫਿਰ ਕੀ ਹੋਇਆ? ਇਹ ਚੀਜ਼ ਸੀ ਉਹਨਾਂ ਦੀ। ਮੈਂ ਸੋਚਦਾ ਵੀ ਗਿਆਨੀ ਕੇਵਲ ਸਿੰਘ ਹੋਰੀ ਬੜੀਆਂ ਵਧੀਆ ਗੱਲਾਂ ਕਰਦੇ ਆ ਜੀ, ਬਹੁਤ ਸੋਹਣੇ ਸੁਝਾਅ ਵੀ ਦਿੰਦੇ ਆ, ਲੇਕਿਨ ਸੁਝਾਅ ਦੇਣ ਤੋਂ ਥੋੜਾ ਜਿਹਾ ਆਪਣਾ ਵੀ ਚੇਤਾ ਜ਼ਰੂਰ ਰੱਖ ਲਿਆ ਕਰਨ ਵੀ ਉਦੋਂ ਇਹਨਾਂ ਨੇ ਕੀ ਕੀਤਾ ਸੀ ਜੀ। ਇਸੇ ਕਰਕੇ ਇਹਨਾਂ ਨੇ ਇਹ ਕਿਹਾ ਵੀ ਜਿਹੜੇ ਪੰਜ ਜਥੇਦਾਰ ਇਹ ਨੇ ਜਿਹੜੇ ਨੇ ਉਦੋਂ ਮਾਫ਼ੀ ਦਿੱਤੀ ਸੀ ਉਹਨਾਂ ਨੂੰ, ਇਹ ਮਾਫ਼ੀ ਰੱਦ ਕੀਤੀ, ਪਹਿਲਾਂ ਉਹਨਾਂ ਨੂੰ ਰੱਦ ਕੀਤਾ ਸੀਗਾ, ਇਹਨਾਂ ਨੂੰ ਕਟਹਿਰੇ 'ਚ ਕਿਉਂ ਨਹੀਂ ਖੜਾ ਕੀਤਾ ਜਾਂਦਾ? ਠੀਕ ਹੈ ਜੀ। ਹੁਣ ਇਹਨਾਂ ਦੇ ਵਿੱਚੋਂ ਤੇ ਸਿਰਫ ਤਿੰਨ ਹੀ ਰਹਿ ਗਏ ਨੇ, ਦੋ ਤੇ ਹੈ ਨੀ। ਹਾਂਜੀ, ਬਾਕੀ ਤਾਂ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਤਾਂ ਪਹਿਲਾਂ ਹੀ ਕੀ ਕਹਿੰਦੇ ਬਹੁਤ ਵਿਰੋਧ ਕੀਤਾ ਸੀ ਇਸ ਚੀਜ਼ ਦਾ, ਤਾਂ ਹੀ ਉਹਨਾਂ ਨੂੰ ਹਟਾਉਣ ਤੱਕ ਦੀਆਂ ਜ਼ੋਰ ਸ਼ੋਰ ਲੱਗੇ ਸੀਗੇ ਉਹਨਾਂ ਨੂੰ ਡਰਾਵੇ ਧਮਕਾ ਕੇ। ਮੈਂ ਤਾਂ ਹੈਰਾਨ ਸੀ ਕਿ ਸਧਾਰਨ ਜਿਹੜੇ ਅਕਾਲੀ ਲੀਡਰ ਵੀ ਉਸ ਵਕਤ ਦੇ ਜਿਹੜੇ ਪਿੰਡ ਲੈਵਲ ਦੇ ਜਾਂ ਬਲਾਕ ਲੈਵਲ ਦੇ ਸੀ, ਉਹ ਵੀ ਜਥੇਦਾਰ ਸਾਹਿਬ ਨੂੰ ਫੋਨ ਕਰ ਕਰਕੇ ਕਹਿੰਦੇ ਸੀ ਭਾਈ ਤੂੰ ਹਟ ਜਾ, ਹੁਣ ਚੰਗੀ ਗੱਲ ਨਹੀਂ। ਦੱਸੋ ਜੀ 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 ਇਹਨਾਂ ਚੋਂ ਪੰਜਾਂ ਦੇ ਵਿੱਚੋਂ ਇੱਕ ਗਿਆ ਜੀ, ਗਿਆਨੀ ਮਲ ਸਿੰਘ ਹੋਈ ਦੁਨੀਆਂ ਤੋਂ ਜਾ ਚੁੱਕੇ ਨੇ, ਚਾਰ ਤੇ ਮੌਜੂਦ ਦੇ ਨਾ ਜੀ। ਘੱਟੋ ਘੱਟ ਚੋਂ ਨੂੰ ਕਟਹਿਰੇ 'ਚ ਖੜਾ ਕਰਕੇ ਪੁੱਛਿਆ ਜਾਣਾ ਚਾਹੀਦਾ ਵੀ ਤੁਸੀਂ ਦੱਸੋ ਕਿਹਦੇ ਕਹਿਣ ਤੇ ਇਹ ਜਿਹੜਾ ਹੁਕਮਨਾਮਾ ਰੱਦ ਕੀਤਾ ਸੀ ਜੀ, ਕਿਹਦੇ ਰਹਿਣ ਤੇ ਉਹਨੂੰ ਮਾਫ਼ੀ ਦਿੱਤੀ ਗਈ ਸੀਗੀ? ਜੇ ਪੁੱਛਣਗੇ ਤੇ ਸ਼ਾਇਦ ਇਹਦਾ ਹੱਲ ਹੋਰ ਜਲਦੀ ਤੇ ਵਧੀਆ ਤਰੀਕੇ ਨਾਲ ਨਿਕਲ ਆਊਗਾ ਜੀ ਜੀ, ਲੇਕਿਨ ਉਮੀਦ ਨਹੀਂ ਮੈਨੂੰ, ਉਮੀਦ ਵੀ ਇਹ ਇਹੋ ਜਿਹੀ ਕੋਈ ਕਾਰਗੁਜ਼ਾਰੀ ਕਰਨ ਜੀ। ਉਮੀਦ ਨਹੀਂ ਤਾਂ ਫਿਰ ਸਿੱਖ ਫਿਰ ਅਕਾਲੀਆਂ ਲਈ ਜਾਂ ਸੁਖਬੀਰ ਬਾਦਲ ਲਈ ਤਾਂ ਹੋਰ ਕਰੜਾ ਹੋ ਜੂ ਕੰਮ। ਹਾਂ ਬਿਲਕੁਲ 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 ਜੀ ਜੀ। ਤੇ ਹੁਣ ਆਪਾਂ ਗੱਲ ਕਰੀਏ ਜੀ ਤਾਂ
ਬੜੀ ਅਹਿਮ ਜਿਹੜੀ ਹੈ ਗੱਲ ਉਹ ਅੰਮ੍ਰਿਤਪਾਲ ਸਿੰਘ ਦੇ ਭਰਾ ਦੇ ਮੁੱਦੇ ਦੀ, ਕੀ ਕਿੱਥੇ ਤੇ ਕੀ ਮਾਮਲਾ ਪਹੁੰਚਿਆ ਜੀ? ਜੀ ਜਿਹੜੀ ਭਾਈ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਦੀ ਗੱਲ ਹੈ ਜੀ, ਜੀ ਉਹ ਸਾਡੇ ਯੂਟਿਊਬ ਚੈਨਲਾਂ ਨੇ ਇਹ ਚਲਾਤਾ ਵੀ ਜਿਹੜੇ ਉਹ ਨਸ਼ੇ ਦੇ ਆਦੀ ਸਨ, ਜਿਹਦੇ ਕਰਕੇ ਉਹਨਾਂ ਦੀ ਪਤਨੀ ਜਿਹੜੀ ਸ਼ਹਿਨਾਜ਼ ਕੌਰ ਉਹ ਛੱਡ ਕੇ ਜਾ ਚੁੱਕੀ। ਅੱਛਾ ਜੀ, ਇਹ ਵੀ ਕੰਮ ਕਰਤਾ? ਉਹ ਆਪਣੇ ਪੇਕੇ ਪਰਿਵਾਰ ਜਾ ਕੇ ਚਲੀ ਗਈ ਹੈ ਜੀ। ਕੱਲ ਫਿਰ ਇੱਕ ਯੂਟਿਊਬਰ ਨੇ ਫੋਨ ਲਾ ਲਿਆ ਉਹਨਾਂ ਦੇ ਪਰਿਵਾਰ ਨੂੰ ਜੀ, ਤੇ ਉਹਦੇ ਵਿੱਚ ਮੈਂ ਕਿਹਾ ਸ਼ਾਇਦ ਉਹਨਾਂ ਦੀ ਮਾਤਾ ਸੀ ਭਾਈ ਅੰਮ੍ਰਿਤਪਾਲ ਸਿੰਘ, ਤੇ ਉਹਨਾਂ ਕਿਹਾ ਜੀ ਜੇ ਤੁਹਾਨੂੰ ਇਹ ਸ਼ੱਕ ਆ ਹਰਪ੍ਰੀਤ ਕੌਰ ਸ਼ਹਿਨਾਜ਼ ਕੌਰ ਦਾ ਵੀ ਛੱਡ ਕੇ ਜਾ ਚੁੱਕੀ ਤੇ ਗੱਲ ਕਰ ਲਓ। ਹਾਂਜੀ, ਸਾਡੇ ਨਾਲ ਕਿਉਂ ਕਰਦੇ ਤੁਸੀਂ, ਸਿੱਧੀ ਕਰੋ। ਉਹਨਾਂ ਉਸੇ ਨੇ ਗੱਲ ਕੀਤੀ ਉੱਥੇ ਹੀ, ਉਹ ਕਹਿੰਦੀ ਮੈਂ ਜਦੋਂ ਵਿਆਹੀ ਆਈ ਆ ਮੈਂ ਪੇਕੇ ਆਪਣੇ ਬਹੁਤ ਘੱਟ ਗਈ ਜੀ, ਕੋਈ ਸਾਡੇ ਘਰ ਦੇ ਵਿੱਚ ਲੋਕਾਂ ਦੀ ਆਵਾਜਾਈ ਅਕਸਰ ਰਹਿੰਦੀ, ਤੇ ਜਦੋਂ ਦੇ ਭਾਈ ਸਾਹਿਬ ਆਏ ਉਦੋਂ ਦੇ ਲੋਕ ਆਵਾਜਾਈ ਬਹੁਤ ਵੱਧ ਗਈ ਹਾਂਜੀ, ਤੇ ਮੇਰਾ ਤੇ ਪਿੱਕ ਜੇ ਅੰਦਰ ਸਵਾਲ ਹੀ ਨੀ ਪੈਦਾ ਹੁੰਦਾ, ਸਾਡੀ ਜ਼ਿੰਮੇਵਾਰੀਆਂ ਬੜੀਆਂ ਵੱਧ ਚੁੱਕੀਆਂ ਨੇ ਜੀ। ਇਸ ਕਰਕੇ ਪੱਤਰਕਾਰਾਂ ਨੂੰ ਕਿਹਾ ਵੀ ਚਾਰ ਛਿੱਲਣਾਂ ਦੀ ਖਾਤਰ ਇਹੋ ਜਿਹੀਆਂ ਝੂਠੀਆਂ ਖਬਰਾਂ ਨਾ ਫੈਲਾਓ। ਘਟਿਆ ਕਈ ਘਟਿਆ ਹਰਕਤਾਂ ਜਿਹੜੀਆਂ ਨੇ ਨਾ ਅੱਜ ਕੱਲ ਤਾਂ ਮੈਂ ਹੈਰਾਨ, ਪੰਜਾਬੀ ਜਿਵੇਂ ਕਹਿੰਦੇ ਨੇ ਮੂੰਹ ਚੋਂ ਮੱਛੀਆਂ ਪਾਲਣ ਲੱਗ ਪਏ ਨੇ ਜੀ 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 ਬਹੁਤ ਘਟਿਆ ਸੋਚ। ਮੈਂ ਸੋਚਦਾ ਵੀ ਸ਼ਹਿਨਾਜ਼ ਕੌਰ ਨੇ ਇਹ ਵਧੀਆ ਕੀਤਾ ਗੱਲ ਕਹਿ ਕੇ ਵੀ ਇਹੋ ਜਿਹੇ ਚਾਰ ਛਿੱਲਣਾਂ ਦੀ ਖਾਤਰ ਤੁਸੀਂ ਜਿਹੜਾ ਵਾ ਆਪਣਾ ਇਹੋ ਜਿਹੇ ਕੰਮ ਨਾ ਕਰੋ। ਕਈ ਸਰਕਾਰੀ ਏਜੰਸੀਆਂ ਹੈਗੀਆਂ ਜਿਹੜੀਆਂ ਇਹਨਾਂ ਨੂੰ ਵਰਤਦੀਆਂ ਜੀ, ਯੂਟਿਊਬਰ ਜਿਹੜੇ ਅੱਧੇ ਤਾਂ ਹੈ ਹੀ, ਮੈਂ ਕਹਿ ਜੀ ਅੱਧੇ ਤਾਂ ਮੈਂ ਤਾਂ ਵੇਖਿਆ ਅੱਧੇ ਤਾਂ ਪੁਲਿਸ ਦੇ ਹੀ ਛੱਡੇ ਪਏ ਆ, ਟਾਂਟ ਹੈਗੇ ਆ ਉਹਨਾਂ ਦਾ, ਜਿਵੇਂ ਗੁਜ਼ਾਰਾ ਭੱਤਾ ਜਿਹੜਾ ਥਾਣਿਆਂ 'ਚੋਂ ਚੱਲਦਾ ਹੈ ਠੀਕ ਹੈ, ਉਹ 400-500 ਨੂੰ ਦਿਹਾੜੀ ਬਣ ਜਾਂਦੀ ਹੈ, ਕਿਸੇ ਦੇ ਆਖੇ ਬੰਦਾ ਛੱਡਤਾ, ਕੋਈ ਚਲਾਨ ਛੱਡਤਾ, ਅਗਲਾ ਕਹਿੰਦਾ ਤੇਰਾ ਮੈਂ 1,000 ਰੁਪਇਆ ਬਚਾਤਾ, 500-200 ਮੈਨੂੰ ਦੇ ਦਿਓ, ਕਹਿੰਦੇ ਚੱਲ ਅੱਜ ਤੇਰਾ ਕੋਟਾ ਪੂਰਾ ਹੋ ਗਿਆ, ਚੱਲ ਹੁਣ ਕੰਮ ਖਤਮ। ਹੁਣ ਵੇਖੋ ਭਾਈ ਅੰਮ੍ਰਿਤਪਾਲ ਸਿੰਘ ਦੇ ਭਰਾ ਭਾਈ ਹਰਪ੍ਰੀਤ ਸਿੰਘ ਨੂੰ ਜਿਹੜਾ ਸੀ ਅੱਜ ਤੋਂ 4-5 ਦਿਨ ਪਹਿਲਾਂ ਜਦੋਂ ਇਹਨਾਂ ਨੇ ਕਿਹਾ ਵੀ 4 ਗ੍ਰਾਮ ਆਇਸ ਨਾਲ ਫੜਿਆ ਸੀ ਜੀ, ਆਇਸ ਡਰੱਗ ਨਾਲ ਫੜਿਆ ਗਿਆ 4 ਗ੍ਰਾਮ, ਤੇ ਸੰਦੀਪ ਅਰੋੜਾ ਨਾਂ ਦਾ ਵਿਅਕਤੀ ਹੈ ਲੁਧਿਆਣੇ ਦਾ ਜਿਹਦੇ ਕੋਲ ਇਹਨਾਂ ਖਰੀਦੀ ਹੈ ਜੀ। ਉਦੋਂ ਜੱਜ ਨੇ ਇਹਨਾਂ ਦਾ ਰਿਮਾਂਡ ਲਵਪ੍ਰੀਤ ਦਾ ਇਹਨਾਂ ਦੇ ਸਾਥੀ ਦਾ ਤੇ ਹਰਪ੍ਰੀਤ ਦਾ ਰਿਮਾਂਡ ਦੇਣ ਤੋਂ ਇਨਕਾਰ ਕਰਤਾ ਸੀ ਵੀ ਇਹ ਮਰੀਜ਼ ਨੇ ਭਾਈ ਜੀ, 4 ਗ੍ਰਾਮ ਦੀ ਤੁਸੀਂ ਗੱਲ ਕਰਦੇ ਹੋ ਤੇ ਲਿਖਾਓ ਫਿਰ ਵੀ ਕਿੱਥੇ ਆਇਸ ਹੈ, ਹਾਂਜੀ ਕਿੱਥੋਂ ਲਿਆਂਦੀ ਕਿਵੇਂ ਲਿਆਂਦੀ ਪੂਰੀ ਤਫਤੀਸ਼ ਵਿਖਾਓ, ਇਹ ਤਾਂ ਨਹੀਂ ਵਿਖਾਇਆ। ਜੱਜ ਕਹਿੰਦਾ ਨਾ ਕੋਈ ਰਿਮਾਂਡ ਨਹੀਂ ਦੇਣਾ ਤੁਹਾਨੂੰ ਜੀ। ਉਦੋਂ ਵੀ ਇਹਨਾਂ 10 ਦਿਨ ਦਾ ਰਿਮਾਂਡ ਮੰਗਿਆ ਸੀ ਵੀ 10 ਦਿਨ ਦਾ ਰਿਮਾਂਡ ਦਿਓ ਸਾਨੂੰ, ਅਸੀਂ ਪੂਰੀ ਤਫਤੀਸ਼ ਕਰਨੀ, ਤੇ ਉਹਨੇ ਜੱਜ ਨੇ ਉਹਨਾਂ ਨੂੰ ਬਕਾਇਦਾ ਤੌਰ ਤੇ ਜੇਲ੍ਹ ਭੇਜੀ ਜੀ। ਪਰਿਵਾਰ ਨੇ ਤੇ ਪਹਿਲਾਂ ਹੀ ਕਿਹਾ ਸੀ ਗਲਤ ਆ, ਅੱਜ ਵੀ ਬਕਾਇਦਾ ਤੌਰ ਤੇ ਹਰਪ੍ਰੀਤ ਦੇ ਵਕੀਲ ਨੇ ਇੰਨੀ ਗੱਲ ਕਹੀ ਆ ਵੀ SSP ਇਹ ਸਪਸ਼ਟ ਕਰੇ, ਜਦੋਂ ਉਹਦੀ ਜਾਂਚ ਹੀ ਨਹੀਂ ਹੋਈ ਹਾਂਜੀ ਵੀ ਇਹ ਆਈ ਸੀ ਕਿ ਕੀ ਕੀ ਨਹੀਂ। ਅਗਰ ਤੁਸੀਂ ਪਹਿਲਾਂ ਹੀ ਕਿਵੇਂ ਕਹਿਤਾ, ਵੇਖੋ BSF ਦਾ ਰਿਕਾਰਡ ਆ, BSF ਵਾਲੇ ਜਿਹੜੀ ਵੀ ਉਹ ਖੇਪ ਫੜਦੇ ਨੇ ਆਪਣੀ ਹੈਰੋਇਨ ਦੀ ਫੜਦੇ ਤੇ ਸ਼ੱਕੀ ਕਹਿੰਦੇ ਨੇ, ਬਿਲਕੁਲ ਸ਼ੱਕੀ ਆ ਹੌਲਦਾਰ ਤੇ ਇਸੇ ਪ੍ਰਸ਼ਨ ਕਰ ਸਕਦਾ ਤੇ ਇੱਕ SSP ਆਪ ਸਪੈਸ਼ਲ ਕਿਉਂ ਕਰ ਰਿਹਾ ਵਾ, ਇਮੀਡੀਏਟਲੀ ਕਿਉਂ ਕਰ ਰਿਹਾ ਵਾ ਜੀ। ਚਲੋ ਇਹਨਾਂ ਨੇ ਫਿਰ ਕਿਹਾ ਜੀ ਅਸੀਂ ਪ੍ਰੋਟੈਕਸ਼ਨ ਵਾਰੰਟੀ ਲਿਆਵਾਂਗੇ ਉਹਨੂੰ ਤੇ ਅਸੀਂ ਹੋਰ ਪੁੱਛ ਪੜਤਾਲ ਕਰਨੀ ਜੀ।
ਅੱਜ ਬਕਾਇਦਾ ਤੌਰ ਤੇ ਇਹਨਾਂ ਨੇ ਐਪਲੀਕੇਸ਼ਨ ਪਰਸੋਂ ਦੀ ਦਿੱਤੀ ਸੀ ਤੇ ਅੱਜ ਇਹਨਾਂ ਨੇ ਉਹਨਾਂ ਦਾ 10 ਦਿਨ ਦਾ ਰਿਮਾਂਡ ਮੰਗਿਆ ਤੇ ਅਦਾਲਤ ਨੇ ਸਿਰਫ 2 ਦਿਨ ਦਾ ਰਿਮਾਂਡ ਦਿੱਤਾ ਇਹਨਾਂ ਜੀ। ਵੀ ਤੁਸੀਂ ਪੁੱਛ ਪੜਤਾਲ ਕਰ ਸਕਦੇ ਹੋ ਤੁਸੀਂ, ਹੁਣ ਸਾਨੂੰ ਨੀ ਪਤਾ ਵੀ ਇਹ ਅੰਮ੍ਰਿਤਪਾਲ ਦੀ ਇਹ ਮਦਦ ਕਰ ਰਹੇ ਕਿ ਉਹਦੇ ਖਿਲਾਫ਼ ਚੱਲ ਰਹੀ, ਪਤਾ ਕੁਛ ਨੀ ਪਤਾ ਲੱਗ ਰਿਹਾ, ਪਤਾ ਏਜੰਸੀਆਂ ਬੜਾ ਕੁਛ ਕਰਦੀਆਂ ਜੀ। ਹੁਣ ਹਰਪ੍ਰੀਤ ਦੀ ਜਿਹੜੀ ਵਾਈਫ ਉਹਨੇ ਵੀ ਇੰਨੀ ਗੱਲ ਕਹਿਤੀ ਵੀ ਮੇਰਾ ਪਤੀ ਕਿਸੇ ਪ੍ਰਕਾਰ ਦਾ ਕੋਈ ਨਸ਼ਾ ਨਹੀਂ ਕਰਦਾ, ਠੀਕ ਹੈ ਜੀ, ਮੈਂ ਆਪਣੇ ਘਰ ਬੈਠੀ ਹਾਂ, ਮੈਂ ਪੇਕੇ ਨੀ ਜਾਂਦੀ, ਮੇਰੇ ਮਾਂ ਪਿਓ ਸਗੋਂ ਮੈਨੂੰ ਆ ਕੇ ਇੱਥੇ ਮਿਲ ਜਾਂਦੇ ਆ ਜੀ, ਤੇ ਮੈਂ ਵੀ ਉਹਨਾਂ ਨੂੰ ਕਿਹਾ ਵੀ ਸਾਡੇ ਘਰ ਆਵਾਜਾਈ ਬੜੀ ਰਹਿੰਦੀ ਹੈ ਤੇ ਮੈਂ ਤੁਹਾਡੇ ਕੋਲ ਇੱਦਾਂ ਨਹੀਂ ਆ ਸਕਦੀ, ਉਹ ਕਹਿੰਦੇ ਠੀਕ ਹੈ ਤੂੰ ਆਪਣੇ ਘਰ ਰਾਜੀ ਖੁਦ ਜਾਂਦੀ ਕਿਤਰਾਂ ਜਾਏਗਾ। ਇਸ ਕਰਕੇ ਸਾਰਾ ਮਾਮਲਾ ਸ਼ੱਕ ਦੇ ਘੇਰੇ ਚ ਪੁਲਿਸ ਕਿਉਂ ਪਾਈ ਜਾ ਰਹੀ ਆ ਇਹ ਸੋਚਣ ਵਾਲੀ ਗੱਲ ਤੇ ਵਿਚਾਰਨ ਵਾਲੀ ਗੱਲ ਆ। ਵੇਖੋ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਤੁਹਾਨੂੰ ਇੱਕ ਨਾਲ ਖਬਰ ਥੋੜੀ ਜਿਹੀ ਹੋਰ ਜੋੜ ਰਿਹਾ ਜੀ। ਲੁਧਿਆਣੇ ਦੇ ਥਾਣਾ ਡੁਗਰੀ ਚ ਅੱਜ ਬਕਾਇਦਾ ਤੌਰ ਤੇ ਸੀਬੀਆਈ ਨੇ ਰੇਡ ਕੀਤਾ ਜੀ। ਅੱਛਾ ਜੀ, ਮਾਮਲਾ ਕੀ ਹੈ ਦੱਸੋ ਜੀ। 2017 ਦੇ ਵਿੱਚ ਕੁੜੀ ਨੂੰ ਫੜ ਕੇ ਲੈ ਕੇ ਜਾਂਦੀ ਹੈ ਪੁਲਿਸ, ਜਾ ਕੇ ਕੁੱਟਮਾਰ ਕਰਦੀ ਹੈ ਤੇ ਉਹ ਇੰਨੀ ਕੁ ਦੁਖੀ ਹੁੰਦੀ ਹਵਾਲਾ ਸੁਸਾਈਡ ਕਰ ਜੀ। ਸੁਸਾਈਡ ਕਰਨ ਤੋਂ ਬਾਅਦ ਇਹ ਕਹਿੰਦੇ ਜੀ ਸੁਸਾਈਡ ਕਰ ਗਈ ਹੈ ਤੇ ਉਹ ਕਹਿੰਦੇ ਨਹੀਂ ਸੁਸਾਈਡੀ ਨੂੰ ਮਾਰਿਆ ਗਿਆ, ਹਰਾਸ ਦੀ ਮੌਤ ਹੋਈ ਹੈ ਜੀ। ਮੁਕਲ ਗਰਗ ਉਹਦਾ ਜਿਹੜਾ ਮੰਗੇਤਰ ਹੁੰਦਾ ਵਾ ਉਹ ਬਕਾਇਦਾ ਤੌਰ ਤੇ ਜਿਹੜੀ ਪੁਲਿਸ ਦੀ ਸ਼ੱਕ ਕਾਰਵਾਈ ਤੇ ਸ਼ੱਕ ਜ਼ਾਹਰ ਕਰਕੇ ਹਾਲੀ ਕਿ 3 ਵਿਅਕਤੀਆਂ ਇੱਕ ਮਹਿਲਾ ਇੱਕ ਐਸੋਸੀਏਟ ਇੱਕ ਹੋਰ ਜੀ ਤਿੰਨਾਂ ਦੇ ਖਿਲਾਫ਼ ਮੁਕਦਮਾ ਦਰਜ ਕਰ ਲੈਂਦੀ ਹੈ ਪੁਲਿਸ, ਠੀਕ ਹੈ ਜੀ। ਲੇਕਿਨ ਉਹ ਹਾਈਕੋਰਟ ਚਲੇ ਜਾਂਦਾ ਵੀ ਸਾਨੂੰ ਇਹਨੇ ਕੋਈ ਇਨਸਾਫ਼ ਦੀ ਆਸ ਕੋਈ ਨਹੀਂ ਹੈਗੀ ਜੀ। ਅੱਜ ਬਕਾਇਦਾ ਤੌਰ ਤੇ ਸੀਬੀਆਈ ਨੇ ਉੱਥੇ ਰੇਡ ਕੀਤਾ, ਠੀਕ ਹੈ ਜੀ। ਸੀਬੀਆਈ ਨੇ ਉਹ ਸੀਨ ਕ੍ਰੀਏਟ ਕੀਤਾ ਵੀ ਕਿਵੇਂ ਉਹਨੇ ਜਿਹੜਾ ਸੀ ਸੁਸਾਈਡ ਕੀਤੀ, ਕਿਵੇਂ ਕੀਤਾ, ਕਿਵੇਂ ਨਹੀਂ ਕੀਤਾ ਜੀ। ਹੁਣ ਸੀਬੀਆਈ ਦਾ ਕੰਮ ਕਰਨ ਦਾ ਤਰੀਕਾ ਪੁਲਿਸ ਨੂੰ ਵੱਖਰਾ ਹੁੰਦਾ, ਬਿਲਕੁਲ ਵੱਖਰਾ ਜੀ। ਤੇ ਪੋਸੀਬਿਲਟੀ ਆ ਵੀ ਜੇ ਕਿਤੇ ਇਹਨਾਂ ਨੂੰ ਇਨਸਾਫ਼ ਪਰਿਵਾਰ ਨੂੰ ਮਿਲਿਆ ਤੇ ਇਹ ਮਾਮਲਾ ਵੀ ਸੀਬੀਆਈ ਨੂੰ ਚੱਲ ਜੇ ਹਾਈਕੋਰਟ ਰਾਹੀਂ ਵੀ ਸਾਨੂੰ ਇਹ ਝੂਠੇ ਮੁਕਾਬਲੇ ਫਸਾ ਰਹੇ ਨੇ, ਤੇ ਫਿਰ ਜਿਹੜੀ ਪੁਲਿਸ ਦੀ ਹਾਲਤ ਹੁੰਦੀ ਹੁੰਦੀ ਉਹ ਸਭ ਨੂੰ ਪਤਾ ਹੀ ਹੈ। ਹਾਂਜੀ, ਫਿਰ ਰਾਜੀਨਾਮੇ ਕਰਦੇ ਆ, ਦਬਾਅ ਪਾਉਂਦੇ ਨੇ, ਬਿਲਕੁਲ 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 ਜੀ। ਤੁਸੀਂ ਵੇਖੋ ਨਾ ਜਸਵੰਤ ਸਿੰਘ ਖਾਲੜਾ ਕੇਸ ਦੇ ਵਿੱਚ ਕਿੱਦਾਂ ਇਹਨਾਂ ਨੇ ਝੂਠੇ ਮੁਕੱਦਮੇ ਦਰਜ ਕੀਤੇ ਜੀ, ਇੱਕ ਤੇ ਫੀਮ ਦਾ ਮੁਕੱਦਮਾ ਦਰਜ ਕੀਤਾ, ਇੱਕ ਤੇ ਬਲਾਤਕਾਰ ਦਾ ਕੀਤਾ, ਇੱਕ ਕੁਛ ਮੁੱਦੇ ਹੋਰ ਮੁਕੱਦਮੇ ਦਰਜ ਕੀਤੇ, ਲੇਕਿਨ ਉਹ ਪਿੱਛੇ ਨਹੀਂ ਹਟੇ ਜੀ। ਉਹ ਕਹਿੰਦੇ ਅਸੀਂ ਗਵਾਹੀ ਠੋਕ ਕੇ ਦਿਆਂਗੇ, ਜੋ ਗੋਰ ਠੋਕ ਕੇ ਗਵਾਹੀ ਦਿੱਤੀ, ਫਿਰ 5-6 ਪੁਲਿਸ ਅਫਸਰਾਂ ਨੂੰ 20-20 ਸਾਲ ਦੀ ਸਜ਼ਾ ਵੀ ਹੋਈ, ਸਜ਼ਾ ਵੀ ਹੋਈ, ਬਿਲਕੁਲ ਜੀ ਜੀ। ਸੋ ਪ੍ਰੋਗਰਾਮ ਚੱਲ ਰਿਹਾ ਸ਼ਮਾਦਾਨ, ਅਤੇ ਇਸ ਪ੍ਰੋਗਰਾਮ ਦੇ ਵਿੱਚ ਜੇਕਰ ਤੁਸੀਂ ਵੀ ਕੋਈ ਪੇਡ ਪ੍ਰਮੋਸ਼ਨ ਕਰਵਾਉਣਾ ਚਾਹੁੰਦੇ ਹੋ, ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਾਉਣਾ ਚਾਹੁੰਦੇ ਹੋ, ਕੋਈ ਰੀਲ ਜਾਂ ਵੀਡੀਓ ਪ੍ਰਮੋਟ ਕਰਵਾਉਣਾ ਚਾਹੁੰਦੇ ਹੋ, ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ 9780141741 ਅਤੇ ਮੇਰੇ ਨਾਲ ਇਸ ਵਕਤ ਫੋਨ ਲਾਈਨ 'ਤੇ ਜੁੜੇ ਹੋਏ ਨੇ ਸਰਦਾਰ ਜਸਵੀਰ ਸਿੰਘ ਪੱਟੀ ਹੋਰੀ, ਅਤੇ ਪੱਟੀ ਸਾਹਿਬ ਦੇ ਨਾਲ ਅੱਜ ਦੀ ਇਹ ਚਰਚਾ ਜਿਹੜੀ ਹੈ ਅਸੀਂ ਅੱਗੇ ਲੈ ਕੇ ਚੱਲੇ ਹੋਏ ਹਾਂ। ਅਤੇ ਪੱਟੀ ਸਾਹਿਬ, ਹੁਣ ਕੰਗਣਾ ਨਰੌਤ ਕਹਿੰਦੀ ਮੈਂ ਕਿਹੜਾ ਗੋਲ ਗੱਪੇ ਵੇਚਣੇ ਆ ਜੀ, ਜਿਹੜੀ ਕੰਗਣਾ ਰਤੌਤ ਉਹ ਬੀਬੀ ਵੀ ਤੁਹਾਨੂੰ ਪਤਾ ਨਵੇਕਲੀ ਜੀ ਕਿਸਮ ਦੀ ਬੀਬੀ, ਅਲੱਗ ਹੀ ਹੈਗਾ ਉਹਦਾ ਕੰਮ ਸਾਹਿਬ ਦਾ, ਬਿਲਕੁਲ ਬਿਲਕੁਲ ਜੀ। ਮਹਾਰਾਸ਼ਟਰ ਦੇ ਵਿੱਚ ਜਦੋਂ ਜਾਂਦੇ ਨੇ ਨਾ ਸਾਡੇ ਸਵਾਮੀ ਸ਼ੰਕਰਾਚਾਰੀਆ ਅਵਨੇਸ਼ ਮੁਕਤੇਸ਼ਵਰ ਜੀ ਸਰਸਵਤੀ, ਉਹ ਜਾਂਦੇ ਆ ਤੋ ਜਾ ਕੇ ਉਧਵ ਠਾਕਰੇ ਜੋ ਗੱਲਬਾਤ ਕਰਦੇ ਆ ਤੇ ਉਹ ਕਹਿੰਦੇ ਜੀ ਉਧਵ ਠਾਕਰੇ ਦਾ ਭਾਜਪਾ ਨੇ ਬਕਾਇਦਾ ਤੌਰ ਤੇ ਧੋਖਾ ਕੀਤਾ ਜੀ, ਇਹਨਾਂ ਸਿਆਸਤ ਕੀਤੀ ਹੈ ਭਾਜਪਾ ਵਾਲਿਆਂ ਨੇ ਜੀ, ਇਹਨਾਂ ਗਲਤ ਕੀਤਾ ਤੇ ਇਹਦਾ ਖਮਿਆਜਾ ਪਹਿਲਾਂ ਵੀ ਭੁਗਤਣਾ ਪਿਆ ਤੇ ਗਾਂਹ ਵੀ ਭਾਜਪਾ ਨੂੰ ਭੁਗਤਣਾ ਪਊਗਾ ਜੀ।
ਤੇ ਕੰਗਣਾ ਰਣੌਤ ਉਹਦੇ ਤੇ ਵਿਅੰਗ ਕਰਦੀ ਹੈ। ਅੱਛਾ ਜੀ। ਕਹਿੰਦੀ ਵੀ ਤੂੰ ਆਪਣਾ ਕੰਮ ਕਰਜ ਕੇ ਜਿਹੜਾ ਕਰਦਾ ਜੀ, ਤੁਹਾਨੂੰ ਪਤਾ ਹੋਏਗਾ ਪ੍ਰਾਣ ਪ੍ਰਿਸ਼ਟਾ ਜਦੋਂ ਕੀਤੀ ਗਈ ਸੀ ਅਯੁੱਧਿਆ ਦੇ ਵਿੱਚ, ਉਸ ਟਾਈਮ ਤੇ ਸਾਡੇ ਜਿਹੜੇ ਚਾਰੇ ਸ਼ੰਕਰਾਚਾਰੀ ਨੇ, ਚਾਰ ਸ਼ੰਕਰਾਚਾਰੀ ਹੁੰਦੇ ਨੇ ਹਿੰਦੂ ਧਰਮ ਦੇ ਵਿੱਚ, ਚਾਰੇ ਸ਼ੰਕਰਾਚਾਰੀ ਨੇ ਉਹਦਾ ਵਿਰੋਧ ਕੀਤਾ ਸੀ, ਜਿਹਦੀ ਬਦੌਲਤ ਅੱਠ ਦੀਆਂ ਅੱਠ ਸੀਟਾਂ ਜਿਹੜੀਆਂ ਅਯੁੱਧਿਆ ਦੇ ਘੇਰੇ ਘੇਰੇ ਸਾਰੀਆਂ ਹਾਰ ਗਈ ਨੀ ਜੀ। ਹਾਂਜੀ। ਜਿਹਦਾ ਬੈਨੀਫਿਟ ਲੈਣ ਦੀ ਕੋਸ਼ਿਸ਼ ਕੀਤੀ ਜੀ। ਇਸੇ ਮੰਚ ਤੇ ਉਦੋਂ ਵੀ ਮੈਂ ਕਿਹਾ ਸੀ ਵੀ ਇਹ ਜਿਹੜੇ ਚਾਰ ਸ਼ੰਕਰਾਚਾਰੀ ਹੈ ਇਹਦਾ ਅਸਰ ਇਲੈਕਸ਼ਨ ਹੈਗਾ ਜੀ, ਬਿਲਕੁਲ ਹੈਗਾ, ਜੋ ਮਰਜ਼ੀ ਕਰੀ ਚੱਲੋ, ਜੇ ਮਰਜ਼ੀ ਆਪਣੇ ਜੇ ਆਖੀਏ ਤਖਤਾਂ ਦੇ ਜਥੇਦਾਰ ਨੇ, ਆਫਟਰ ਆਲ ਜੇ ਆਪਾਂ ਆਖੀਏ ਤਾਂ ਜੋ ਮਰਜ਼ੀ ਹੈ ਕਿਤੇ ਨਾ ਕਿਤੇ ਉਹਨਾਂ ਤਖਤਾਂ ਦਾ ਤਾਂ ਪ੍ਰਭਾਵ ਹੈ ਨਾ। ਬਿਲਕੁਲ ਬਿਲਕੁਲ ਬਿਲਕੁਲ। ਹੁਣ ਜਦੋਂ ਅਸੀਂ ਉਹਦੇ ਵਿਅੰਗ ਕਰਦੀ ਵੀ ਤੂੰ ਆਪਣਾ ਘਰ ਕਰ ਜੀ, ਜਿਹੜਾ ਸਿਆਸਤ ਦਾ ਨਾ ਸਿਆਸਤ ਸਿਆਸਤ ਨਹੀਂ ਕਰੂਗਾ ਕੀ ਕਰੂਗਾ ਕੀ ਕਰੂਗਾ। ਹਾਂ, ਕਹਿੰਦੇ ਜੋ ਉਹਨੇ ਕੀਤਾ ਵਾ ਸ਼ੰਕਰਾਚਾਰੀ ਤੇ ਕਿਰਸ਼ਾ, ਜਿਹਨੇ ਆ ਕੇ ਸੱਚਾਈ ਬੋਲੀ ਕਿ ਵਾਕਈ ਜੇ ਕਿਤੇ ਭਾਜਪਾ ਦੀਆਂ ਜੜ੍ਹਾਂ ਲਾਈਆਂ ਸੀ ਮਹਾਰਾਸ਼ਟਰ ਦੇ ਵਿੱਚ, ਉਹ ਡਿਊ ਟੂ ਦੀ ਉਧਵ ਠਾਕਰੇ ਸੀ ਜੀ, ਸ਼ਿਵ ਸੈਨਾ ਬਾਲ ਠਾਕਰੇ ਕਰਕੇ ਲੱਗੀਆਂ ਸੀ ਜੀ। ਤੇ ਜਦੋਂ ਉਹਨਾਂ ਦੀ ਇੱਕ ਤੁਸੀਂ ਫਿਦਰਤ ਵੇਖ ਲਓ, ਸੱਤ ਅੱਠ ਥਾਵਾਂ ਤੇ ਜਿੱਥੇ ਵੀ ਇਹਨਾਂ ਨੇ ਕਹਿੰਦਾ ਸਾਂਝ ਝਾੜੀ ਪਈ ਹੈ, ਮੌਕਾ ਆਣ ਤੇ ਸਿੱਧੀ ਮਾਰੀ ਮਾਰੀ ਦੀ ਜੀ। ਤੇ ਜੇ ਉਹਨੇ ਸੱਚ ਬੋਲਿਆ ਤੇ ਬੀਬੀ ਕੰਗਣਾ ਆਪਣੀ ਆਦਤ ਤੋਂ ਮਜਬੂਰ ਆ, ਉਹ ਆਪਣੀ ਗੱਲ ਜਿਹੜੀ ਉਹ ਕਹਿਣ ਤੋਂ ਟਲਦੀ ਨੀ। ਉਹਨੂੰ ਤਾਂ ਐ ਨਾ, ਉਹਨੂੰ ਤਾਂ ਐ ਵੀ ਹੁਣ ਜਿੰਨਾ ਮੈਂ ਐ ਬੋਲੂੰਗੀ ਤੇ ਸ਼ਾਇਦ ਮੋਦੀ ਸਾਹਿਬ ਮੈਨੂੰ ਛੇਤੀ ਉਹ ਬਣਾ ਦੇਣਗੇ, ਤੁਹਾਡਾ ਕੀ ਕਹਿੰਦੇ ਆ ਕੋਈ ਵਧੀਆ ਜੱਟ ਪਲੱਸ ਸਕਿਉਰਿਟੀ ਵਾਲਾ ਮੰਤਰੀ ਬਣਾ ਦੇਣਗੇ, ਉਹ ਮਰਾ ਦੇਣਗੇ। ਹੁਣ ਇਹਨੇ ਮੋਦੀ ਸਾਹਿਬ ਆਪਣੀ ਸੀਟ ਤੇ ਦੇਣ ਨਹੀਂ ਲੱਗੇ, ਹੋ ਸਕਦਾ ਜੀ ਇਹ ਵੀ ਇਹਨੂੰ ਉਮੀਦ ਹੋਵੇ। ਉਮੀਦਾਂ ਨੀ ਛੱਡਣੀਆਂ ਚਾਹੀਦੀਆਂ ਬੰਦੇ ਨੂੰ, ਹੈ ਚੀਜ਼ ਆ। ਤੇ ਕਹਿੰਦੇ ਇੱਕ ਪੁਲਿਸ ਵਾਲਾ ਭਾਰਤੀ ਵਿਦਿਆਰਥੀ ਦੀ ਮੌਤ ਤੇ ਹੀ ਹੱਸੀ ਜਾਂਦਾ ਜੀ, ਦੇਖੋ ਕਿਆ ਬਾਹਿਆਤ ਗੱਲ ਆ ਜੀ। ਇਹ ਐਕਚੁਅਲੀ ਕੁੜੀ ਸੀ USA ਦੇ ਵਿੱਚ ਸਾਡੀ ਪੜ੍ਹਨ ਵਾਸਤੇ। ਅੱਛਾ ਜੀ। ਇਹ ਕੁੜੀ ਜਿਹੜੀ ਸੀ ਜਦੋਂ ਇਹ ਲੰਘ ਰਹੀ ਸੀ ਤੇ ਉਹ ਕਾਹਲੀ ਦੇ ਵਿੱਚ ਸੀ, ਜਿਹੜਾ ਸਾਡਾ ਹੈਗਾ ਸੀਗਾ ਉਹ ਪੁਲਿਸ ਵਾਲਾ ਜੀ, ਉਹਨੇ ਕਾਹਲੀ 'ਚ ਆਪਣੀ ਗੱਡੀ ਦੀ ਸਪੀਡ ਕਾਫੀ ਵਧਾਈ ਸੀ, ਜਦੋਂ ਕੀਤੀ ਤੇ ਲੰਘ ਰਹੀ ਸੀ ਤੇ ਉਹਨੇ ਉਹਨੂੰ ਮਾਰੀ ਟੱਕਰ ਤੇ ਉਹ 100 ਫੁੱਟ ਜਾ ਕੇ ਮੁੜ ਕੇ ਡਿੱਗ। ਦੱਸੋ ਉਹਦੀ ਡੈਥ ਹੋ ਗਈ ਜੀ, ਤੇ ਪੁਲਿਸ ਵਾਲਾ ਵੇਖ ਕੇ ਹੱਸ ਰਿਹਾ ਉਹਦੇ ਅੰਦਰ। ਜਦੋਂ ਹੱਸ ਰਿਹਾ ਤੇ ਉਹਦੀਆਂ ਵੀਡੀਓ ਵਾਇਰਲ ਹੁੰਦੀਆਂ ਤੇ ਉਹਨੂੰ ਬਕਾਇਦਾ ਤੌਰ ਤੇ ਉੱਥੋਂ ਦੀ ਸਰਕਾਰ ਨੇ ਤੇ ਪੁਲਿਸ ਅਧਿਕਾਰੀ ਨੇ ਬਰਖਾਸਤ ਕਰ ਦਿੱਤਾ ਵੀ ਚੱਲ ਕਰੇ ਲਾ ਦੇ ਬੈਲਟ, ਚੱਲ ਕਰੇ ਵੀ ਤੇਰਾ ਇੱਕ ਅਖਸਮਾ ਮੌਕਾ ਸੀਗਾ, ਤੇਰਾ ਫਰਜ਼ ਬਣਦਾ ਸੀ ਤੁਹਾਨੂੰ ਉਹ ਜਿੰਦਾ ਜਾਂ ਮਰਦਾ ਉਹਨੂੰ ਚੱਕ ਕੇ ਇਮੀਡੀਏਟਲੀ ਉਹਨੂੰ ਗੱਡੀ ਚ ਪਾਉਂਦੇ ਤੇ ਹਸਪੀਟਲ ਲੈ ਕੇ ਜਾਣੋ ਜੀ। ਤੇਰੀ ਉਹ 5-6 ਸੈਕਿੰਡ ਦੀ ਜਿਹੜੀ ਹੱਸਿਆਂ ਦੀ ਇਹਦੀ ਆਪਣੀ ਵੀਡੀਓ ਆਈ ਆ ਜੀ, ਉਹ ਵੀਡੀਓ ਕਰਕੇ ਉਹਨੂੰ ਬਰਖਾਸਤ ਕੀਤਾ। ਚੰਗੀ ਗੱਲ ਵੀ ਜਿਹੜੀ ਪੁਲਿਸ ਆ ਲੋਕਾਂ ਦੀ ਸਹਾਇਤਾ ਵਾਸਤੇ ਆ, ਬਿਲਕੁਲ, ਭਾਵੇਂ ਇਹ ਸੇਵਾ ਜਿਹਦਾ ਮਰਜ਼ੀ ਕਰਦੇ ਆ ਤੇ ਕੰਧ ਤੇ ਲਿਖਿਆ ਹੁੰਦਾ ਤੇ ਪੁਲਿਸ ਜਿਹੜੀ ਆ ਲੋਕਾਂ ਦੀ ਸੇਵਾ ਚ, ਬਿਲਕੁਲ ਬਿਲਕੁਲ, ਸੇਵਾ ਕਿਹੜੀ ਕਰਦੇ ਸਭ ਨੂੰ ਪਤਾ ਹੀ ਆ, ਪਤਾ ਹੀ ਆ ਜੀ ਉਹ ਤਾਂ। ਲੇਕਿਨ ਅਮੈਰੀਕਾ ਵਰਗੇ ਕੰਟਰੀ ਦੇ ਵਿੱਚ ਇਹੋ ਜਿਹੇ ਐਕਸੀਡੈਂਟ ਉਹ ਵੀ ਪੁਲਿਸ ਦਾ ਹੋਇਆ ਹੋਵੇ ਜੀ ਤੇ ਪੁਲਿਸ ਵਾਲਾ ਉੱਥੇ ਹੱਸੇ ਤੇ ਫਿਰ ਉਹਨਾਂ ਕਾਰਵਾਈ ਠੀਕ ਕੀਤੀ ਹੈ ਜੋ ਕੀਤੀ ਤੇ ਉਹਨੂੰ ਬਰਖਾਸਤ ਕਰਕੇ ਘਰ ਨੂੰ ਭੇਜ ਦਿੱਤਾ ਵਾ ਜੀ।
ਤੇ ਅਫਸੋਸ ਪ੍ਰਗਟ ਕੀਤਾ ਪਰਿਵਾਰ ਨਾਲ ਵੀ ਉਹਨਾਂ ਭਾਰਤ ਸਾਡੇ ਨੇ ਬੰਦੇ ਨੇ ਗਲਤੀ ਕੀਤੀ ਸੀ ਅਫਸੋਸ ਪ੍ਰਗਟ ਕਰਦੇ ਜੀ ਇਹ ਤਾਂ ਤੁਸੀਂ ਗੱਲ ਕਰਤੀ ਉੱਥੋਂ ਦੀ ਕਰਨਾਟਕਾ ਸਰਕਾਰ ਦੀ ਵੀ ਗੱਲ ਸੁਣਾਓ ਕਹਿੰਦੇ ਕਿਸਾਨ ਦੀ ਬੇਇੱਜ਼ਤੀ ਕਰਤੀ ਮਾਲ ਵਾਲਿਆਂ ਨੇ ਤੇ ਕਹਿੰਦੇ ਉਹਨਾਂ ਨੇ ਸਰਕਾਰ ਨੇ ਫਿਰ ਤਕੜਾ ਐਕਸ਼ਨ ਲੈ ਲਿਆ ਮਾਲ ਵਾਲਿਆਂ ਦੇ ਅਗੇਂਸਟ ਬਿਲਕੁਲ ਬਿਲਕੁਲ ਵੇਖੋ ਜੀ ਬਕਾਇਦਾ ਤੌਰ ਤੇ ਹੋਇਆ ਇਹ ਵੀ ਇੱਕ ਮਾਲ ਦੇ ਵਿੱਚ ਆਪਣੇ ਪਰਿਵਾਰ ਦੇ ਸਿਰ ਜੀ ਉਸ ਕਿਸਾਨ ਦੇ 9 ਬੱਚੇ ਨੇ ਜੀ ਇੱਕ ਬੱਚਾ ਕੋਈ ਅਫਸਰ ਲੱਗਾ ਕਿਤੇ ਉਹ ਕਹਿੰਦਾ ਜੀ ਮੈਂ ਆਪਣੇ ਬਾਪੂ ਨੂੰ ਇਸ ਵੱਡੇ ਮਾਲ 'ਚ ਦਰਸ਼ਨ ਜ਼ਰੂਰ ਕਰਨੇ ਵਿਖਾਉਣਾ ਚਾਹ ਹੀ ਹੁੰਦਾ ਜੀ ਬਿਲਕੁਲ ਚਿੱਟਾ ਕੁਰਤਾ ਉਹਨੇ ਕੁਰਤਾ ਪਾਇਆ ਤੇ ਨਾਲ ਧੋਤੀ ਬੰਦੀ ਆ ਤੇ ਉਹਦਾ ਗਾਰਡ ਕਹਿੰਦਾ ਵੀ ਤੁਸੀਂ ਮਹਾਰਾਜ ਜੀ ਧੋਤੀ ਬੰਦ ਕੇ ਅੰਦਰ ਨਹੀਂ ਜਾ ਸਕਦੇ ਪੈਂਟ ਪਾ ਕੇ ਜੀ ਉਹ ਕਹਿੰਦਾ ਕਿਉਂ ਯਾਰ ਮੈਂ ਦੇਸ਼ ਦਾ ਕਿਸਾਨ ਆ ਜੀ ਮੈਂ ਇਸੇ ਲਿਬਾਸ ਚ ਮੇਰਾ ਲਿਬਾਸ ਹੈ ਤੁਸੀਂ ਕਿਵੇਂ ਰੋਕ ਸਕਦੇ ਹੋ ਲੇਕਿਨ ਉਹ ਅੰਦਰ ਨਹੀਂ ਜਾਣ ਦਿੰਦੇ ਤੇ ਇਹ ਮਾਮਲਾ ਜਿਹੜਾ ਚਰਚਾ ਦਾ ਵਿਸ਼ਾ ਬਣ ਜਾਂਦਾ ਜੀ ਜਦੋਂ ਫਿਰ ਚਰਚਾ ਦਾ ਵਿਸ਼ਾ ਬਣਦਾ ਤੇ ਸਰਕਾਰ ਤੱਕ ਗੱਲ ਜਾਂਦੀ ਆ ਜੀ ਤੇ ਸਰਕਾਰ ਦੇ ਜਿਹੜੇ ਵਿਧਾਨ ਸਭਾ ਦੇ ਦੋਵਾਂ ਧਿਰਾਂ ਦੇ ਜੀ ਹਾਕਮ ਧਿਰ ਤੇ ਵਿਰੋਧੀ ਧਿਰ ਦੇ ਇਕੱਠੇ ਹੋ ਕੇ ਬਕਾਇਦਾ ਤੌਰ ਤੇ ਮਾਲ ਦੇ ਖਿਲਾਫ਼ ਐਕਸ਼ਨ ਦਾ ਮਤਾ ਪਾਸ ਕਰਦੇ ਜੀ ਵੀ ਇਹਨੂੰ ਬੰਦ ਕੀਤਾ ਜਾਵੇ ਜੀ ਲੇਕਿਨ ਸਰਕਾਰ ਥੋੜੀ ਜਿਹੀ ਰਿਆਇਤ ਦੇ ਦਿੰਦੀ ਆ ਕਹਿੰਦੀ ਚਲੋ ਬੰਦ ਨਹੀਂ ਕਰਦੇ ਇਹਨੂੰ ਸਜ਼ਾ ਇਹ ਦਿੰਦੇ ਆ ਵੀ ਇਹਨੇ ਕਿਸਾਨ ਦੀ ਦੇਸ਼ ਦੇ ਅੰਨਦਾਤੇ ਦੀ ਜਿਹੜੀ ਬਕਾਇਦਾ ਤੌਰ ਤੇ ਬੇਕਦਰੀ ਦੀ ਉਹਦੀ ਬੇਇੱਜ਼ਤੀ ਵੀ ਕੀਤੀ ਜੀ ਇਸ ਕਰਕੇ ਇੱਕ ਹਫ਼ਤੇ ਵਾਸਤੇ ਮਾਲ ਬੰਦ ਕੀਤਾ ਬੰਦ ਚੱਕ ਮਿੱਤਰਾ ਲੈ ਨਹੀਂ ਜਾ ਰਹੇ ਤੇ ਸਾਡੇ ਇੱਥੇ ਹੁੰਦਾ ਤੇ ਕੁਝ ਹੋਰ ਹਾਲਾਤ ਹੋਣੇ ਸੀ ਕਈਆਂ ਦੇ ਵਿੱਚ ਉਹ ਕੁਛ ਨਹੀਂ ਹੋਇਆ ਯਾਰ ਫਿਰ ਵੀ ਨਹੀਂ ਜਾਣ ਦਿੱਤਾ ਕੋਈ ਨੀ ਕੱਲ ਫਿਰ ਚੱਲ ਜੂਗਾ ਕੋਈ ਗੱਲ ਹੋਣੀ ਆ ਦੱਸ ਉਹ ਲੋਕ ਜਿਹੜੇ ਸਾਊਥ ਵਾਲੇ ਨੇ ਇਸ ਕੋਲੋਂ ਕਮਿਟਡ ਨੇ ਕਮਿਟਡ ਆ ਹਾਂਜੀ ਹਾਂਜੀ ਤਾਮਿਲਨਾਡੂ ਦੇ ਵਿੱਚ ਬਕਾਇਦਾ ਤੌਰ ਤੇ ਰਾਜੀਵ ਗਾਂਧੀ ਦੇ ਕਾਤਲਾਂ ਦਾ ਜਿਹੜਾ ਮਤਾ ਪਾਸ ਕੀਤਾ ਗਿਆ ਉਹ ਵੀ ਸਰਬ ਸੰਮਤੀ ਨਾਲ ਕੀਤਾ ਗਿਆ ਸੀ ਜੀ ਜੀ ਵਿਰੋਧੀ ਧਿਰ ਤੇ ਹਾਕਮ ਧਿਰ ਨੇ ਇਕੱਠੇ ਰਲ ਕੇ ਕੀਤਾ ਸੀ ਜੀ ਜਿਹਦੇ ਕਰਕੇ ਉਹਦੇ ਕਾਤਲ ਅੱਜ ਬਾਹਰ ਨੇ ਜੀ ਤੇ ਸਾਡੇ ਇੱਥੇ ਸਾਡੇ ਤੇ ਸਾਡੇ ਵੀਰ ਜਿਹੜੇ ਅਕਾਲੀ ਅੱਜ ਬੜਕਾ ਮਾਰਦੇ ਫਿਰ ਬੜਕਾ ਵੀ ਮਾਰਦੇ ਫਿਰਦੇ ਹਾਸ਼ੀ ਤੇ ਗਏ ਨੇ ਜੀ ਇਹ ਬਹੁਤ ਸੰਮਤੀ ਨਾਲ ਕਰ ਸਕਦੇ ਸੀਗੇ ਜੀ ਸਰਬ ਸੰਮਤੀ ਜੀ ਬਹੁਤ ਸੰਮਤੀ ਤੇ ਇਹਨੂੰ ਕੋਈ ਸੀ ਨਾ ਹਾਂਜੀ ਪਰ ਉਹ ਵੀ ਨੀ ਕੀਤਾ ਇਹਨਾਂ ਨੇ ਇਸ ਕਰਕੇ ਉਹਨਾਂ ਦੀ ਸਾਨੂੰ ਵਧਾਈ ਦੇ ਪੱਤ ਨੇ ਉਹ ਕਿਸਾਨ ਦੀ ਕਦਰ ਕੀਤੀ ਜੀ ਇੱਥੇ ਕਿਸਾਨ ਨੂੰ ਡਾਂਗਾ ਮਾਰੀਆਂ ਜਾਂਦੀਆਂ ਤੁਸੀਂ ਵੇਖ ਲਓ ਹੁਣ ਉਹ ਸ਼ੰਭੂ ਬਾਰਡਰ ਆ ਜੀ ਸ਼ੰਭੂ ਬਾਰਡਰ ਦੇ ਉੱਤੇ ਬਕਾਇਦਾ ਤੌਰ ਤੇ ਉਦੇ ਠਾਕਰ ਸਿੰਘ ਤੇ ਉਦੇ ਸਿੰਘ ਵਕੀਲ ਨੇ ਬਕਾਇਦਾ ਤੌਰ ਤੇ ਕੋਰਟ ਨੂੰ ਲਿਖ ਕੇ ਦਿੱਤਾ ਵੀ ਤੁਹਾਡੇ ਹੁਕਮਾਂ ਦੀ ਅਦੂਲੀ ਕੀਤੀ ਗਈ ਜੀ ਤੁਸੀਂ ਕਿਹਾ ਸੀ 10 ਜੁਲਾਈ ਨੂੰ ਵੀ ਇੱਕ ਹਫ਼ਤੇ ਦੇ ਵਿੱਚ ਸ਼ੰਭੂ ਬਾਰਡਰ ਖੋਲਿਆ ਜਾਵੇ ਜੀ ਨਹੀਂ ਖੋਲਿਆ ਉਹਨਾਂ ਨੇ ਫਿਰ ਹਾਈਕੋਰਟ ਨੇ ਨੋਟਿਸ ਜਾਰੀ ਕਰਤਾ ਬਕਾਇਦਾ ਤੌਰ ਤੇ ਹਰਿਆਣਾ ਸਰਕਾਰ ਨੂੰ 15 ਦਿਨ ਜਵਾਬ ਦੇ ਇਸ ਕਰਕੇ ਇੱਥੇ ਇਹ ਚੱਲਦਾ ਲੇਕਿਨ ਉੱਥੇ ਜਦੋਂ ਵੀ ਕਿਤੇ ਉਹਦੇ ਅੰਦਰ ਸੂਬੇ ਦੀ ਡਿਵੈਲਪਮੈਂਟ ਦੀ ਗੱਲ ਹੁੰਦੀ ਆ ਜਦੋਂ ਕੋਈ ਸਾਂਝਾ ਫੈਸਲਾ ਉਹ ਹਾਕਮ ਤੇ ਵਿਰੋਧ ਦੇ ਇਕੱਠੇ ਹੋ ਕੇ ਫੈਸਲਾ ਲੈਂਦੇ ਆ ਜੀ ਜੀ ਤੇ ਕਿਸਾਨ ਦੇ ਇਸਤਮਾਨ ਵਧਾਇਆ ਉੱਥੇ ਵੀ ਕਿਸਾਨ ਦੀ ਬੇਇੱਜ਼ਤੀ ਨਹੀਂ ਕਰਨੀ ਕਿਤੋਂ ਕਿਸੇ ਚਲੋ ਚੰਗੀ ਗੱਲ ਹੈ ਜੀ ਕੋਈ ਤਾਂ ਕਿਸਾਨ ਬਾਰੇ ਸੋਚਦਾ ਹੈ ਜੀ ਤੇ ਅੱਛਾ ਪੱਟੀ ਸਾਹਿਬ ਉਹ ਇੱਕ ਪ੍ਰਿਤਪਾਲ ਥਾਣੇਦਾਰ ਸੀ ਉਹਦੀ ਪਿੱਛੇ ਜੇ ਤੁਹਾਨੂੰ ਪਤਾ ਜ਼ਮਾਨਤ ਵੀ ਕੈਂਸਲ ਹੋ ਗਈ ਸੀ ਉਹ ਦੀਪਕ ਟੀਨੂ ਨੂੰ ਭਜਾਉਣ ਦੇ ਮਾਮਲੇ ਦੇ ਵਿੱਚ ਉਹ ਲਿਆ ਕੇ ਉਹਨੇ ਘਰੇ ਚੰਗਾ ਭੰਗੜਾ ਭੰਗੜਾ ਪਵਾਇਆ ਸੀ ਉਹਦਾ ਬਿਲਕੁਲ ਜੀ ਬਿਲਕੁਲ ਦੀਪਕ ਟੀਨੂ ਜਿਹਨੂੰ ਉਹ ਹਵਾਲਾਤ ਦੇ ਵਿੱਚੋਂ ਏਡੇ ਵੱਡੇ ਗੈਂਗਸਟਰ ਨੂੰ ਆਪਣਾ ਕੱਲਾ ਪ੍ਰਾਈਵੇਟ ਕਾਰ 'ਚ ਬਿਠਾ ਕੇ ਆਪਣੇ ਕੁਆਟਰ 'ਚ ਲੈ ਜਾਂਦਾ ਜੀ ਉਸ ਕੁਆਟਰ 'ਚ ਜਾ ਕੇ ਉਹਦੀ ਜੀਰਕਪੁਰ ਤੋਂ ਜਿਹੜੀ ਮਸ਼ਹੂਰ ਆ ਜਾਂ ਦੋਸਤ ਆ ਜਾਂ ਸੱਜੋ ਵੀ ਹੈਗੀ ਉਹਨੂੰ ਮਿਲਾਉਂਦਾ ਉਹਨੂੰ ਜੀ ਉਹਨੂੰ ਮਿਲਾਉਣ ਤੋਂ ਬਾਅਦ ਇਹ ਕਮਰੇ 'ਚ ਬੰਦ ਕਰ ਦਿੰਦਾ ਤੇ ਆਪ ਸੌਂ ਜਾਂਦਾ ਠੀਕ ਹੈ ਜੀ
ਉਹ ਫਿਰ ਬਾਰੀ ਥਾਣੀ ਨਿਕਲ ਕੇ ਭੱਜ ਜਾਂਦੇ ਜੀ। ਉਸ ਕੇਸ ਦੇ ਵਿੱਚ ਕਿਰਤਪਾਲ ਸਿੰਘ ਇਹਨੂੰ ਬਕਾਇਦਾ ਤੌਰ ਤੇ ਬਰਖਾਸਤ ਕੀਤਾ ਗਿਆ ਸੀ, ਬਰਖਾਸਤ ਠੀਕ ਹੈ ਜੀ, ਨਾਲ ਇਹਦੇ ਖਿਲਾਫ਼ ਮੁਕਦਮਾ ਦਰਜ ਕੀਤਾ ਗਿਆ ਸੀ ਤੇ ਜੇਲ੍ਹ ਸੀ ਜੀ। ਇਹਦੀ ਜਿਹੜੀ ਸੈਸ਼ਨ ਕੋਰਟ ਨੇ ਬਕਾਇਦਾ ਤੌਰ ਤੇ ਬੇਲ ਰੱਦ ਕਰ ਦਿੱਤੀ ਗਈ ਸੀ ਤੇ ਹਾਈ ਕੋਰਟ ਗਿਆ ਸੀ। ਅੱਛਾ ਜੀ, ਤੇ ਮੈਨੂੰ ਬੇਲ ਦਿੱਤੀ ਜਾਵੇ ਠੀਕ ਹੈ। ਹੁਣ ਹਾਈ ਕੋਰਟ ਨੇ ਇਹਦੀ ਕੋਈ ਵੀ ਰਾਹ ਦੇਣ ਤੋਂ ਇਨਕਾਰ ਕਰਦਿਆਂ ਇਹਦੀ ਬੇਲ ਰੱਦ ਕਰ ਦਿੱਤੀ ਗਈ ਹੈ ਵੀ ਇਹੋ ਜਿਹੇ ਕੇਸ ਦੇ ਵਿਅਕਤੀ ਨੂੰ ਬੇਲ ਨਹੀਂ ਦਿੱਤੀ ਜਾ ਸਕਦੀ ਜੀ। ਜਿਹੜਾ ਆਪ ਕਾਨੂੰਨ ਜਾਣਦਾ ਹੋਵੇ, ਕਾਨੂੰਨ ਦਾਨ ਹੋਵੇ, ਉਹ ਕਾਨੂੰਨ ਦੀ ਲੰਘਣਾ ਆਪ ਕਰਦਾ ਤੇ ਫਿਰ ਇਹਨੂੰ ਕਿਉਂ ਇਹਦੇ ਨਾਲ ਜਿਹੜਾ ਵਾ ਉਹ ਕੋਈ ਇਹਨੂੰ ਰਾਹ ਦਿੱਤੀ ਜਾਵੇ ਕਿਸੇ ਕਿਸਮ ਜੀ। ਇਸ ਕਰਕੇ ਉਹ ਕਿਰਤਪਾਲ ਦੀ ਬੇਲ ਜਿਹੜੀ ਹਾਈ ਕੋਰਟ ਨੇ ਵੀ ਰੱਦ ਕਰ ਦਿੱਤੀ ਹੈ ਤੇ ਹੁਣ ਅਗਲੇ ਸੁਪਰੀਮ ਕੋਰਟ ਜਾਂਦਾ ਕਿ ਨਹੀਂ ਜਾਂਦਾ ਜੀ। ਹੁਣ ਵੇਟ ਕਰਨੀ ਵੀ ਕੇਸ ਕਿੰਨਾ ਚਿਰ ਚੱਲਦਾ ਕਿੰਨਾ ਚਿਰ ਨਹੀਂ ਚੱਲਦਾ ਜੀ। ਲੇਕਿਨ ਦੀਦਾ ਦਲੇਰੀ ਵੀ ਬੜੀ ਵੀ ਏਦਾਂ ਟੋਪਿਕ ਇੱਕ ਅਟੈਕ ਜੇ ਗੈਂਗਸਟ ਹੋਵੇ ਤੇ ਇਕੱਲਾ ਬੰਦਾ ਉਹਨੂੰ ਆਪਣੀ ਗੱਡੀ ਚ ਬਿਠਾ ਕੇ ਲੈ ਜਾਵੇ ਤੇ ਗਲ ਘੁੱਟ ਵੀ ਮਾਰ ਸਕਦਾ ਜੀ, ਤਕੜਾ ਹੁੰਦਾ ਜੀ ਜੀ। ਤੇ ਹੁਣ ਕਹਿੰਦੇ ਮਜੀਠੀਆ ਸਾਹਿਬ ਕਹਿੰਦੇ ਵੀ ਸਰਕਾਰ ਫੋਨ ਟੈਪ ਕਰਦੀ ਹੈ, ਵੈਸੇ ਟੈਪ ਤਾਂ ਸਾਰੀਆਂ ਸਰਕਾਰਾਂ ਹੀ ਕਰਦੀਆਂ ਰਹੀਆਂ। ਵੇਖੋ ਇਲਜ਼ਾਮਬਾਜ਼ੀ ਹੁੰਦੀ ਹੈ, ਪੋਲੀਟੀਕਲ ਬੰਦਿਆਂ ਨੂੰ ਹੁੰਦਾ ਇਲਜ਼ਾਮਬਾਜ਼ੀ ਕਰਨ ਦਾ ਜੀ। ਹੁਣ ਕਿਹੜਾ ਥਰਮਾਮੀਟਰ ਹੈਗਾ ਬਕਾਇਦਾ ਤੌਰ ਤੇ ਮੇਰੇ ਖਿਆਲ ਮਾਪਣ ਦਾ ਉਹਨਾਂ ਕੋਲ ਮਜੀਠੀਆ ਸਾਹਿਬ ਜਾਂ ਦੱਸਣ ਦੀ ਮੈਂ ਪਤਾ ਕਿੱਥੋਂ ਕਰਾਇਆ ਵਾ ਜੀ, ਆਪਣੇ ਸੋਚ ਦੱਸਣ ਦੀ ਮੇਰੀ ਕਰ ਰਹੀ ਹੈ। ਨਾਲੇ ਇਹ ਤਾਂ ਹੈ ਹੀ ਆ ਪੈਗਾਸਿਸ ਵਰਗੇ, ਜਦੋਂ ਸਾਡੇ ਕੋਲ ਸਿਸਟਮ ਪਏ ਆ ਤੇ ਜੋ ਮਰਜ਼ੀ ਕਰ ਸਕਦੇ ਅਸੀਂ, ਇੱਥੇ ਹੋਇਆ ਉਹਦਾ ਕੁਛ ਨਹੀਂ ਆ। ਸੁਪਰੀਮ ਕੋਰਟ ਬਹੁਤ ਖੜੀਆਂ ਕਰ ਗਈ ਇਹਦੇ ਵਿੱਚ। ਪੈਗਾਸਿਸ ਵਰਗੇ ਬੰਦੇ ਇਹ ਲੋਕਾਂ ਦੇ ਜਿਹੜੇ ਸੀ ਫੋਨ ਟੇਪ ਕਰਨ ਵਾਸਤੇ ਸੀ ਨਾ, ਹਾਂਜੀ ਹਾਂਜੀ, ਬੇਸਿਕਲੀ ਉਹ ਜਸੂਸਾਂ ਦੇ ਫੋਨ ਟੇਪ ਕਰਨ ਵਾਸਤੇ ਸੀਗੇ ਜੀ। ਇਹਨਾਂ ਨੇ ਪੋਲੀਟੀਕਲ ਲੀਡਰਾਂ ਨੇ ਕਰ ਦਿੱਤੇ। ਹੁਣ ਇਹ ਦੱਸਣ ਵੀ ਮਜੀਠੀਆ ਸਾਹਿਬ ਵੀ ਪੈਗਾਸਿਸ ਨੇ ਕੀਤਾ, ਕਿਵੇਂ ਕੀਤਾ ਤੁਹਾਡਾ ਫੋਨ ਟੇਪ, ਤੁਸੀਂ ਇਲਜ਼ਾਮ ਲਾਉਂਦੇ ਹੋ ਜੀ, ਚੰਗੀ ਗੱਲ ਆ ਦੱਸਣਗੇ। ਲੇਕਿਨ ਇਹ ਗੱਲ ਕਹਿ ਕੇ ਜਿਹੜਾ ਕਹਿ ਦੇਣਾ ਕਿ ਮੇਰਾ ਫੋਨ ਟੇਪ ਕੀਤਾ ਜਾਂਦਾ, ਇਹਨਾਂ ਗੱਲ ਬਣਦੀ ਨਹੀਂ। ਚਲੋ ਉਹਨਾਂ ਨੇ ਆਪਣੀ ਗੱਲ ਕੀਤੀ ਆ, ਅਖਬਾਰਾਂ ਦਾ ਫਰਜ਼ ਬਣਦਾ, ਛਾਪੀ ਆ ਛਾਪਣ ਦੇ, ਉਹਨਾਂ ਨੂੰ ਆਪਾਂ ਕੀ ਨਹੀਂ। ਮੈਂ ਇਹਨਾਂ ਦੀ ਸਰਕਾਰ ਵੇਲੇ ਦੀ ਗੱਲ ਦੱਸ ਦਿੰਦਾ ਤੁਹਾਨੂੰ। ਯਾਦ ਹੋਣਾ ਜਦੋਂ ਬਰਗਾੜੀ ਮਾਮਲਾ ਹੋਇਆ ਸੀਗਾ ਤੇ ਸਦਾ ਪ੍ਰਕਾਸ਼ ਸਿੰਘ ਬਾਦਲ ਨੇ ਦੂਰਦਰਸ਼ਨ ਦੇ ਉੱਤੇ ਆਪਣੀ ਦੇਣੀ ਸੀ, ਲੋਕਾਂ ਨੂੰ ਸ਼ਾਂਤੀ ਦੀ ਅਪੀਲ ਕਰਨੀ ਸੀ, ਤੇ ਜਦੋਂ ਕਿਤੇ ਵੀ ਸਟੂਡੀਓ ਜਾਂਦੇ ਉਹਨੂੰ ਆਪਾਂ ਬਫਿੰਗ ਕਹਿੰਦੇ ਹਾਂ, ਮੇਕਅਪ ਨਹੀਂ ਕਹਿੰਦੇ, ਤੇ ਇਹਨਾਂ ਦੇ ਸੱਜਣ ਨੇ ਅੰਦਰੋਂ ਹੀ ਕਿਤੇ ਉਹ ਤਸਵੀਰ ਲੀਕ ਕਰਤੀ, ਉਹ ਮੇਰੇ ਕੋਲ ਪਹੁੰਚ ਗਈ ਤੇ ਮੈਂ ਆਪਣੇ ਪਾਤੀ ਵੀ ਲੋਕਾਂ ਨੂੰ ਸ਼ਾਂਤੀ ਦਾ ਸੰਦੇਸ਼ ਦੇਣ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਜਿਹੜੇ ਆ ਟੀ ਵੀ ਸਟੇਸ਼ਨ 'ਤੇ ਪਹੁੰਚੇ। ਹੁਣ ਮੈਂ ਤਾਂ ਇੰਨੀ ਗੱਲ ਕਹਿਣੀ ਹੈ, ਪਿੱਛੇ ਉਹ ਬਣੇ ਸੀ, ਲੋਕਾਂ ਨੇ ਹੇਠਾਂ ਕਮੈਂਟ ਕਰਨੇ ਸ਼ੁਰੂ ਕਰਤੇ ਵੀ ਆਏ ਹਾਂ ਜੀ ਫਲਾਨਾ, ਅਤੇ ਇੱਕ ਇੱਥੇ ਆਇਆ ਸੀ SSP, ਉਹਨੂੰ ਇਹਨਾਂ ਨੇ ਲਾਈ ਉਂਗਲ ਅਤੇ ਮੇਰੇ ਫੋਨ ਟੈਪ ਕਰਵਾਏ ਇਹਨਾਂ ਨੇ। ਫਿਰ ਮੈਂ ਉਹਨੂੰ ਆਖਿਆ, ਮੈਂ ਕਿਹਾ ਬੱਲਿਆ ਤੈਨੂੰ ਹਾਈਕੋਰਟ ਦੀਆਂ ਪੌੜੀਆਂ ਚੜ੍ਹਾਊ, ਹੈ ਨਹੀਂ, ਅਤੇ ਫਿਰ ਸਾਡੀ ਚੰਗੀ ਤਲਕਲਾਮੀ ਹੋਈ, ਉਹ ਖਬਰਾਂ ਵੀ ਬਣੀਆਂ, ਫਿਰ ਮੁੜ ਕੇ ਸਰਕਾਰ ਨੂੰ ਉਹਦੀ ਬਦਲੀ ਵੀ ਕਰਨੀ ਪਈ, ਰਾਜੇਸ਼ਵਰ ਸਿੱਧੂ ਸੀਗਾ ਇੱਥੇ ਉਦੋਂ। ਅਤੇ ਗੱਲ ਇਹ ਆ ਵੀ ਟੈਪ ਤਾਂ ਤੁਸੀਂ ਵੀ ਕਰਦੇ ਰਹੇ ਹੋ, ਪੱਤਰਕਾਰਾਂ ਦੇ ਫੋਨ ਅਟੈਕ ਕਰਦੇ ਰਹੇ ਹੋ, ਉਹਨਾਂ ਦੀਆਂ ਫੇਸਬੁੱਕ ਦੇ ਪ੍ਰਿੰਟ ਲੈਂਦੇ ਰਹੇ ਹੋ, ਉਹਨਾਂ ਦੀਆਂ ਕਾਲਾਂ ਦੀਆਂ ਡਿਟੇਲ ਕਢਾਉਂਦੇ ਰਹੇ ਹੋ। ਆਹੋ ਹੁਣ ਅਸੀਂ ਗੱਲ ਸਾਹਮਣੇ ਰੱਖਤੀ ਆ ਜੀ, ਇਹਦੇ ਬਾਰੇ ਵੀ ਮਜੀਠੀਆ ਸਾਹਿਬ ਸਪਸ਼ਟੀਕਰਨ ਦੇ ਦੇਣ ਵੀ ਸਾਡੀ ਸਰਕਾਰ ਨੇ ਟੇਪ ਕਿਉਂ ਕਰਾਇਆ ਸੀ। ਦੇਣ ਜੀ, ਗੱਲ ਇਹ ਆ ਨਾ ਵੀ ਹੈ ਜੀ। ਚਲੋ ਚਲੋ, ਧੰਨਵਾਦ ਜੀ ਤੁਹਾਡਾ, ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ ਸ਼ੁਕਰੀਆ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਸੀਂ ਇੱਕ ਬ੍ਰੇਕ ਤੇ ਫਿਰ ਸ਼ਾਪਿੰਗ ਹੋ ਗਈ ਲਾਜਵਾਬ, ਪਰ ਜਵੈਲਰੀ ਕਿੱਥੋਂ ਲੈਣੀ ਹੈ?
ਫਿਕਰ ਨਾ ਕਰੋ, ਜਿੱਥੇ ਲੋਕ ਸੂਟ ਦੇਖਦੇ ਰਹਿ ਜਾਣਗੇ ਉੱਥੇ ਗਹਿਣੇ ਦੇ ਡਿਜ਼ਾਈਨ ਦੀ ਵੀ ਤਾਰੀਫ ਕੀਤੇ ਬਿਨਾਂ ਰਹਿਣਗੇ ਨਹੀਂ, ਕਿਉਂਕਿ ਏਸੀ ਜੁਐਲਰਸ ਕੈਂਟ ਵਾਲਿਆਂ ਦੇ ਕੋਲ ਹੈ 22 ਕੈਰੇਟ ਦੇ ਸੋਨੇ ਦੇ ਗਹਿਣੇ, ਔਰਤਾਂ ਮਰਦਾਂ ਬੱਚਿਆਂ ਦੇ ਵੰਨ ਸਵੰਨੇ ਗਹਿਣਿਆਂ ਦੀ ਬੇਸ਼ੁਮਾਰ ਤੇ ਲੇਟੈਸਟ ਵਰਾਇਟੀ। ਇਹਨਾਂ ਦੇ ਸ਼ੋਰੂਮ ਚ ਸੋਨੇ ਚਾਂਦੀ ਹੀਰਿਆਂ ਦੇ ਗਹਿਣੇ ਭਰੇ ਰਹਿੰਦੇ ਨੇ, ਜਿੱਥੇ ਹੈ ਕੁੰਦਨ ਸੈੱਟ, ਜੜਾਊ ਸੈੱਟ, ਪੋਲਕੀ ਸੈੱਟ, ਹੀਰੇ ਜੜੇ ਸੈੱਟ, ਲਾਈਟ ਵੇਟ ਨੈਕਲੈਸ, ਚੇਨ, ਕੜੇ, ਚੂੜੀਆਂ, ਨਗਾਂ ਵਾਲੀਆਂ ਸੋਹਣੀਆਂ ਸੋਹਣੀਆਂ ਮੁੰਦਰੀਆਂ, ਝੁਮਕੇ ਵਾਲੀਆਂ ਤੇ ਹੋਰ ਬਥੇਰਾ ਕੁਝ। ਏਸੀ ਜੁਐਲਰ ਸ਼ਟਲ ਵਿੱਚ ਹਰ ਹਫਤੇ ਨਵੀਂ ਸ਼ਿਪਮੈਂਟ ਆਉਂਦੀ ਹੈ। ਤੁਹਾਡੇ ਪਸੰਦ ਦੇ ਤੁਹਾਡੇ ਸਾਈਜ਼ ਮੁਤਾਬਕ ਗਹਿਣੇ 2 ਹਫਤਿਆਂ ਵਿੱਚ ਤਿਆਰ ਕਰਵਾ ਕੇ ਦਿੰਦੇ ਹਨ ਤੇ ਰਿਪੇਅਰ ਵੀ ਕਰਦੇ ਹਨ। 24 ਕੈਰੇਟ ਸੋਨੇ ਦੇ ਬਿਸਕੁਟ ਖਰੀਦ ਅਤੇ ਵੇਚ ਸਕਦੇ ਹੋ। 100% ਪਿਓਰ ਗਰੰਟੀ ਵਾਲੇ ਗਹਿਣੇ ਲੈਣ ਲਈ ਪਹੁੰਚੋ 25416 100 ਫੋਰਟ ਐਵੀਨਿਊ ਸਾਊਥ ਈਸਟ ਕੈਂਟ। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360-652-6066 ਯਾਨੀ 360-652-6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲੋਸਟ ਹਿੱਲ ਟਰੈਵਲ ਸੈਂਟਰ, 14814 ਐਲੋਮ ਸਟਰੀਟ, ਲੋਸਟ ਹਿਲਸ। ਫੋਨ ਨੰਬਰ 661-797-2345। ਹੁਣ ਰੀਫਰੈਸ਼ ਟਰੈਵਲ ਪਲਾਜ਼ਾ ਮਡੇਰਾ ਵਾਲੇ ਲੋਕਲ ਟਰੱਕ ਵੀਰਾਂ ਨੂੰ ਡੀਜ਼ਲ ਭਰਵਾਉਣ ਤੇ 39 ਸੈਂਟਸ ਪਰ ਗੈਲਨ ਦੀ ਰਿਬੇਟ ਦੇ ਰਹੇ ਹਨ। ਮੰਥ ਦੇ ਅਖੀਰ ਤੇ ਚੈੱਕ ਸਿੱਧਾ ਘਰੇ ਪਹੁੰਚ ਜਾਏਗਾ। 25 ਏਕੜ ਦੇ ਇਸ ਕੰਪਲੈਕਸ ਚ ਹਨ ਸਾਫ ਸੁਥਰੇ ਸ਼ਾਵਰ, ਟਾਇਰ ਸ਼ਾਪ ਤੇ ਰਿਪੇਅਰ ਸ਼ਾਪ ਵੀ ਜਲਦੀ ਸ਼ੁਰੂ ਹੋਣਗੇ। ਦੇਸੀ ਘਿਓ ਦੇ ਤੜਕੇ ਵਾਲਾ ਪਿਓਰ ਪੰਜਾਬੀ ਵੈਜ ਤੇ ਨਾਨ ਵੈਜ ਖਾਣਾ, ਫਿਰ ਕਿਤੇ ਹੋਰ ਕਿਉਂ ਜਾਣਾ? ਰੀਫਰੈਸ਼ ਟਰੈਵਲ ਪਲਾਜ਼ਾ TA ਮਡੇਰਾ, ਐਗਜ਼ਿਟ 144 ਹਾਈਵੇ 99। ਕਾਲ ਸਚਿਨ ਮਲਿਕ ਜਾਂ ਰਵੀ ਗਰੇਵਾਲ ਐਟ 5599647787। ਬਹੁਤ ਜਲਦ ਬੇਕਰਸ ਫੀਲਡ ਵੀ ਖੁੱਲ ਰਿਹਾ ਹੈ ਇੱਕ ਨਵਾਂ ਪਾਇਲਟ ਟਰੱਕ ਸਟਾਪ 99 ਐਂਡ ਟੈਫਟ ਹਾਈਵੇ ਤੇ। ਬਾਈ ਜੀ, ਨਵੀਂ DD15 ਚਲਾਉਂਦੇ ਜਾਂ ਪੈਕਾਰ, ਮੈਕਸ ਫੋਰਸ, ਕਮਿੰਸ, ISX, ਵੋਲਵੋ, ਮਰਸੀਡੀਜ਼, ਸਪ੍ਰਿੰਟਰ ਜਿਹੀ ਮੋਟਰ ਹੋਵੇ, ਤੇਲ ਹੋਰ ਓਰਿਜਿਨਲ ਫਿਲਟਰ ਤਾਂ ਚੇਂਜ ਕਰਾਉਣਾ ਹੀ ਆ। ਆ ਜਾਓ ਫਿਰ ਕੁਇਕ ਟਰੱਕ ਲਿਊਬ, ਟਰੱਕ ਸਰਵਿਸਿੰਗ, ਵਾਹ ਭਾਈ ਵਾਹ। ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ ਯੂਜ਼ ਕਰੋ। ਦੋ ਲੋਕੇਸ਼ਨਸ ਤੁਸੀਂ ਜਾਣਦੇ ਹੀ ਹੋ, ਐਗਜ਼ਿਟ 268 ਔਨ ਹਾਈਵੇ 401 ਔਰ ਐਗਜ਼ਿਟ 5 ਔਨ QEW। ਕੁਇਕ ਟਰੱਕ ਲਿਊਬ, ਖੁਸ਼ ਹੋ ਕੇ ਪਰਤੋਗੇ? ਮੰਨ ਲਓ 519-622-0660 QTL, because we care. Quick Truck News.